ਤੁਸੀਂ ਵੀ ਜੋ ਵੀ ਆਪਣੇ ਐਨਰਾਈਜ਼ ਵੀਰ ਭਰਾ प्रोग्राम वेख रहे हैं तुसी अपना सवाल रख सकते हो, कोई भी केस है तुहाड़ा कोर्ट कचहरियां दा जां तुसी इंडिया आ चुके हो, तुहाड़े ते कोई केस हो गया है, कोई झूठा केस पाया गया, तो तुसी किवें केसां चों बाहर निकलना, इस संबंधी तुसी गलबात कर सकते हो। स्क्रीन दे हेठ जो नंबर स्क्रोल हो रहे हैं उसते कॉल करके सीधा साढ़े नाल गलबात कर सकते हो। सुनील जी जिहड़ा तुहाडे हर सवाल का जवाब देणगे। इस तों इलावा असीं अज ओसीआई कार्ड के उपर भी विचार चर्चा करांगे। ओसीआई कार्ड धारकां दे लई की नवें नियम ने ते किवें तुसीं ओह कार्ड नूं रिन्यू करवा सकते हो, ते नाल ही ओसीआई कार्ड लैण दा हकदार कौन हैगा, ओसीआई कार्ड संबंधी जो जो नियम ने जां कोई भी सवाल है तुहाडा तुसीं ओहदे संबंधी भी सवाल पुछ सकते हो। वकील सुनील मलर जी तुहाडा हर एक सवाल का जिहड़ा जवाब देणगे। सो सुनील जी बहुत बहुत स्वागत है तुहाडा प्रोग्राम दे विच। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ, ਮੇਰੀ ਪੂਰੀ ਹਮਦਰਦ ਟੀਮ ਨੂੰ ਤੇ ਦਰਸ਼ਕਾਂ ਨੂੰ। ਰੋਜ਼ ਆਪਾਂ ਵੀਕਲੀ ਇਹਨਾਂ ਦੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਇਹਨਾਂ ਦੇ ਪਿਆਰ ਦੇ ਸਦਕਾ ਜੀ। ਸੋ ਅੱਜ ਸਾਡੇ ਇੱਕ ਹੋਰ ਵਿਸ਼ੇਸ਼ ਜਿਹੜੇ ਰਹਿਣਗੇ ਸਾਡੇ ਗੈਸਟ ਨਵਜੋਤ ਸੱਭਰਵਾਲ ਜੀ, ਜਿਹੜੇ ਕਿ MBBS ਸਟੂਡੈਂਟ ਨੇ, ਅਤੇ ਬੜੀ ਵੱਡੀ ਗੱਲ ਹੈ, ਇਹਨਾਂ ਨੇ ਨੀਟ ਪ੍ਰੀਖਿਆ ਜਿਹੜੀ ਕਲੀਅਰ ਕੀਤੀ ਹੈ। ਨੀਟ ਪ੍ਰੀਖਿਆ ਬਹੁਤ ਵੱਡੀ ਪ੍ਰੀਖਿਆ ਮੈਡੀਕਲ ਲਾਈਨ ਦੇ ਵਿੱਚ, ਵੈਸੇ ਵੀ ਕੋਈ ਵੱਸ ਦੀ ਗੱਲ ਨਹੀਂ ਹੁੰਦੀ, ਪਰ ਵੱਸ ਵੀ ਨਹੀਂ ਕਹਿ ਸਕਦੇ, ਜਿਹੜਾ ਮਿਹਨਤਕਸ਼ ਬੰਦਾ ਮਿਹਨਤ ਕੀਤੀ ਹੈ ਤਾਂ ਸਭ ਕੁਛ ਜਿਹੜਾ ਹੈਗਾ ਉਹ ਸਾਨੂੰ ਹਾਸਲ ਹੋ ਸਕਦਾ। ਸੋ ਅਸੀਂ ਨਵਜੋਤ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਨੀਟ ਪ੍ਰੀਖਿਆ ਕਿਵੇਂ ਇਹਨਾਂ ਨੇ ਕਲੀਅਰ ਕੀਤੀ, ਕੀ ਇਹਨਾਂ ਨੂੰ ਮੁਸ਼ਕਲਾਂ ਆਈਆਂ, ਕਿਵੇਂ ਇਹਨਾਂ ਨੇ ਅੱਗਾ ਪੜਾਅ ਵਾਰ ਪੜਾਅ ਜਿਹੜੀ ਹੈ ਪ੍ਰੀਖਿਆ ਨੂੰ ਕਲੀਅਰ ਕੀਤਾ। ਸੋ ਪਹਿਲਾਂ ਸੁਨੀਲ ਜੀ ਵੱਲ ਚੱਲਦੇ ਹਾਂ। ਸੁਨੀਲ ਜੀ, ਸਭ ਤੋਂ ਪਹਿਲਾਂ ਓਸੀਆਈ ਕਾਰਡ ਦੀ ਅਸੀਂ ਗੱਲ ਕਰੀਏ, ਕਿੱਦਾਂ ਦੇ ਜਿਹੜੇ ਕੋਈ ਨਿਯਮ ਵਗੈਰਾ ਚੇਂਜ ਹੋਏ ਨੇ ਓਸੀਆਈ ਕਾਰਡ ਧਾਰਕਾਂ ਦੇ ਲਈ? ਜੀ, ਆਪਾਂ ਪਹਿਲਾਂ ਵੀ ਕਈ ਪ੍ਰੋਗਰਾਮ ਇਹਦੇ ਤੇ ਕੀਤੇ ਹੈ। ਅੱਜ ਦਾ ਜਿਹੜਾ ਸਾਡਾ ਮੁੱਦਾ ਉਹ ਸਪੈਸੀਫਿਕਲੀ ਸਟੂਡੈਂਟ ਵਾਸਤੇ, ਅਸੀਂ ਇੱਕ ਸਟੂਡੈਂਟ ਨੂੰ ਨਾਲ ਰੱਖਿਆ ਆਪਣੇ ਕਿ ਕੀ ਪ੍ਰੋਸਪੈਕਟਸ ਨੇ ਓਸੀਆਈ ਕਾਰਡ, ਉਹ ਟੈਕਨੀਕਲ ਇਸ਼ੂ ਲੀਗਲ ਇਸ਼ੂ ਮੈਂ ਦੱਸਾਂਗਾ, ਅਤੇ ਨੀਟ ਪ੍ਰੀਖਿਆ ਕਲੀਅਰ ਕਿਵੇਂ ਕਰਨੀ ਹੈ, ਫਿਰ ਉਸ ਤੋਂ ਬਾਅਦ MBBS ਐਡਮਿਸ਼ਨ ਕਿਵੇਂ ਲੈਣੀ ਹੈ, ਅਤੇ ਮਾਂ ਦਾ ਪੁੱਤ ਡਾਕਟਰ ਕਿਵੇਂ ਬਣੇ, ਆਪਾਂ ਉਸ ਮਾਂ ਦੇ ਪੁੱਤ ਨੂੰ ਡਾਕਟਰ ਬਣਾਉਣਾ ਅੱਜ, ਅਤੇ ਸਾਡੇ ਨਾਲ ਸਾਡਾ ਇੱਕ ਸਾਡਾ ਪੁੱਤਰ ਡਾਕਟਰ ਬਣ ਜਾ ਰਿਹਾ। ਅਤੇ ਮੈਂ ਇਹੋ ਹੀ ਸੋਚਿਆ ਵੀ ਆਪਣੇ ਸਾਰੇ ਵੀ ਜਿੰਨੇ NRI ਭੈਣ ਭਰਾ ਨੇ ਉਹਨਾਂ ਨੂੰ ਵੀ ਦੱਸਿਆ ਜਾਵੇ ਵੀ ਲੀਗਲ ਤੌਰ 'ਤੇ OCI ਕਾਰਡ ਇਹ ਚੀਜ਼ ਹੈ ਕਿ ਮੰਨ ਲਓ ਤੁਸੀਂ ਭਾਰਤ ਮੂਲ ਦੇ ਬੰਦੇ ਹੋ, ਤੁਸੀਂ ਫੋਰਨ ਚਲੇ ਗਏ, ਸਿਟੀਜ਼ਨ ਬਣ ਗਏ ਉੱਧਰਲੇ, ਤੁਹਾਨੂੰ ਉੱਥੇ ਬਾਰ ਬਾਰ ਇੰਡੀਆ ਆਉਣ ਲਈ ਵੀਜ਼ਾ ਨਾ ਲੈਣਾ ਪਵੇ ਉਹਦੇ ਲਈ। ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਆਪਾਂ ਉਹਨਾਂ ਦੀ ਗੱਲਬਾਤ ਸੁਣ ਲਈਏ। ਸਵਾਲ ਸੋਲੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਮੈਂ ਦਰਸ਼ਨ ਸਿੰਘ ਬੋਲ ਰਿਹਾ ਜੀ, ਬਿਨੀਪੈਗ ਤੋਂ। ਮਦਨ ਸਾਹਿਬ ਨੂੰ ਵੀ ਆਪਣਾ ਪੁੱਛਣਾ ਸੀਗਾ ਜੀ ਵੀ ਜਿਹੜਾ OCI ਕਾਰਡ ਨੂੰ ਪ੍ਰੋਸੈਸਿੰਗ ਟਾਈਮ ਕਿੰਨਾ ਵਾ ਜਿਹੜਾ ਨਵਾਂ ਲੈਂਦੇ ਆਪਾਂ? ਸਰ, ਮੈਕਸੀਮਮ ਅੱਜ ਕੱਲ੍ਹ ਕੋਵਿਡ ਕਰਕੇ 2 ਤੋਂ 3 ਮਹੀਨੇ ਲੱਗ ਰਹੇ ਨੇ, ਪਰ ਆਉਣ ਵਾਲੇ ਟਾਈਮ 'ਤੇ। ਹੈਲੋ ਸਰ, ਤੁਹਾਨੂੰ ਆਵਾਜ਼ ਸੁਣ ਰਹੀ ਹੈ ਸੁਨੀਲ ਜੀ ਦੀ? ਭਾਜੀ, ਸਤਿ ਸ਼੍ਰੀ ਅਕਾਲ। ਹਾਂ, ਮੈਂ ਇਹ ਬੇਨਤੀ ਕਰ ਰਿਹਾ ਕਿ ਕੋਵਿਡ ਕਰਕੇ 2 ਤੋਂ 3 ਮਹੀਨੇ ਲੱਗ ਰਹੇ ਨੇ, ਜਦਕਿ ਜਿਹੜਾ ਵੈਸੇ ਨੋਰਮਲ ਪ੍ਰੋਸੈਸ ਹੈ ਮਹੀਨੇ ਦੇ ਅੰਦਰ ਅੰਦਰ ਕਾਰਡ, ਅੱਜ ਕੱਲ੍ਹ ਸਾਰਾ ਆਨਲਾਈਨ ਸਿਸਟਮ ਹੈ, ਤੇ ਆਉਣ ਵਾਲੇ ਸਮੇਂ 'ਚ ਮਹੀਨੇ ਦੇ ਅੰਦਰ ਅੰਦਰ ਮਿਲ ਜਾਇਆ ਕਰੇਗਾ ਜੀ। ਹਾਂਜੀ ਵੀਰ ਜੀ, ਤੁਹਾਨੂੰ ਆਵਾਜ਼ ਸੁਨੀਲ ਜੀ ਦੀ ਸੁਣ ਰਹੀ ਹੈ? ਨਹੀਂ ਤਾਂ ਰਿਪੀਟ ਕਰ ਦਿਓ ਮੈਡਮ, ਤੁਸੀਂ ਰਿਪੀਟ ਕਰ ਦਿਓ ਮੇਰਾ ਆਨਸਰ। ਸੁਣ ਰਹੀ ਤੁਹਾਨੂੰ ਆਵਾਜ਼? ਹਾਂਜੀ, ਹੈਲੋ। ਮੇਰਾ ਰਿਪਲਾਈ ਇਹ ਹੈ ਵੀਰ ਜੀ, ਹੁਣ ਆ ਰਹੀ ਹੈ ਬੇਟੀ, ਆ ਰਹੀ ਹੈ ਸੁਨੀਲ ਜੀ, ਦਰਸ਼ਕ ਜੀ ਨੂੰ ਆਵਾਜ਼ ਤੁਹਾਡੀ ਪਹੁੰਚ ਚੁੱਕੀ ਹੈ, ਤੁਸੀਂ ਪਲੀਜ਼ ਜਵਾਬ ਦਿਓ ਇਸ ਵਾਰ। ਪਲੀਜ਼ ਪਲੀਜ਼ ਵੀਰ ਜੀ, ਕੋਵਿਡ ਕਰਕੇ 2 ਤੋਂ 3 ਮਹੀਨੇ ਲੱਗ ਰਹੇ ਨੇ ਅੱਜ ਕੱਲ੍ਹ, ਅਦਰਵਾਈਜ਼ ਜਦੋਂ ਕੋਵਿਡ ਠੀਕ ਹੋ ਜਾਏਗਾ ਅਸੀਂ ਉਮੀਦ ਕਰਦੇ ਹਾਂ ਤੇ 15 ਦਿਨ ਤੋਂ ਲੈ ਕੇ 1 ਮਹੀਨੇ ਦੇ ਅੰਦਰ ਅੰਦਰ OCI ਕਾਰਡ ਤੁਹਾਡੇ ਘਰ ਆ ਜਾਏਗਾ। ਬਾਕੀ ਡਿਪੈਂਡ ਕਰੇਗਾ ਤੁਹਾਡੀ ਐਮਬੈਸੀ ਤੇ ਵੀ ਉਹਦੇ ਤੇ ਰਸ਼ ਕਿੰਨਾ ਕੁ ਹੈ, ਪਰ ਹੁਣ ਜਿਹੜਾ ਨਵਾਂ ਪ੍ਰੋਸੈਸ ਹੈ ਬਹੁਤ ਜਲਦੀ ਬਣੇਗਾ, ਪ੍ਰੈਜੈਂਟਲੀ 3 ਮਹੀਨੇ 4 ਮਹੀਨੇ ਐਵਰੇਜ ਟਾਈਮ ਲੱਗ ਰਿਹਾ ਵੀਰ ਜੀ। ਮੈਡਮ ਤੁਸੀਂ ਰਿਪੀਟ ਕਰ ਦਿਓ ਮੇਰਾ ਆਨਸਰ, ਆਪਾਂ ਸਾਰੇ ਦੂਰੋਂ ਦੂਰੋਂ ਜੁੜੇ ਹਾਂ। ਹੈਲੋ ਬੇਟੇ, ਆਵਾਜ਼ ਆਉਂਦੀ ਨਹੀਂ ਮੈਨੂੰ, ਮਾਰਾ ਮੇਰੇ ਫੋਨ ਤੇ ਹੀ ਦੱਸ ਦਿਓ। ਹੈਲੋ ਦਰਸ਼ਨ ਜੀ, ਤੁਸੀਂ ਨਾ ਪ੍ਰੋਗਰਾਮ ਤੋਂ ਬਾਅਦ ਨਾ ਸੁਨੀਲ ਜੀ ਦੇ ਨਾਲ 5 ਮਿੰਟ, ਹਾਂਜੀ ਤੁਸੀਂ ਨਾ ਸੁਨੀਲ ਜੀ ਨਾਲ ਗੱਲਬਾਤ ਕਰ ਲਿਓ। ਹਾਂਜੀ, 5 ਮਿੰਟ ਦੀ ਡਿਲੇ ਹੁੰਦੀ ਹੈ ਸਾਡੇ, ਵੀ ਕਿੰਨਾ ਟਾਈਮ ਲੱਗਣਾ ਹੈ ਪ੍ਰੋਸੈਸ ਟਾਈਮ ਨੂੰ ਵੀ ਜਦੋਂ ਆਪਾਂ ਅਪਲਾਈ ਕਰਦੇ ਹਾਂ। ਦਰਸ਼ਨ ਜੀ, ਸੁਨੀਲ ਜੀ ਕਹਿ ਰਹੇ ਨੇ 3-4 ਮਹੀਨੇ ਦਾ ਪ੍ਰੋਸੈਸ ਹੈਗਾ ਹੁਣ ਲੱਗ ਰਿਹਾ ਕੋਵਿਡ ਦਾ ਕਰਕੇ। ਅੱਛਾ ਜੀ, ਹਾਂਜੀ ਹਾਂਜੀ, ਬਾਕੀ ਤੁਸੀਂ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਸੁਨੀਲ ਜੀ ਨਾਲ, ਨੰਬਰ ਉਹਨਾਂ ਦਾ ਇੰਡੀਆ ਦਾ, ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ 7:30 ਤੋਂ ਬਾਅਦ, ਤੁਸੀਂ ਉਹਨਾਂ ਨੂੰ ਕਾਲ ਕਰ ਲਿਓ ਤੇ ਤੁਹਾਡਾ ਪੂਰਾ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦੇਣਗੇ। ਧੰਨਵਾਦ ਜੀ ਕਾਲ ਕਰਨ ਦੇ ਲਈ। ਠੀਕ ਹੈ, ਮੈਂ ਇੱਕ ਚੀਜ਼ ਹੋਰ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਵੀ TV ਤੋਂ ਸਾਨੂੰ ਸਵਾਲ ਕਰਦੇ ਨੇ ਜਾਂ ਆਪਣਾ TV ਸਕਰੀਨ ਮਤਲਬ ਉਹਨੂੰ ਵੌਇਸ ਨੂੰ ਬੰਦ ਕਰ ਲੈਣ, ਕਿਉਂਕਿ 5 ਮਿੰਟ ਦੀ 4 ਮਿੰਟ ਦੀ ਡਿਲੇ ਹੁੰਦੀ ਹੈ,
ਤੇ ਸਾਡਾ ਜਵਾਬ ਆਪਣੇ ਟੀਵੀ ਸਕਰੀਨ ਤੇ ਵੀ ਸੁਣ ਸਕਦੇ ਨੇ ਸਾਡੇ ਸਾਡੇ ਵੀਰ ਭਰਾ ਬਿਲਕੁਲ ਜੀ ਦਰਸ਼ਕਾਂ ਨੂੰ ਅਪੀਲ ਹੈ ਕਿ ਜਦੋਂ ਵੀ ਤੁਸੀਂ ਕਾਲ ਕਰਨੀ ਹੈ ਤਾਂ ਕਿਰਪਾ ਕਰਕੇ ਆਪਣੇ ਟੀਵੀ ਸੈੱਟ ਦੀ ਆਵਾਜ਼ ਨੂੰ ਬਿਲਕੁਲ ਬੰਦ ਕਰਿਆ ਕਰੋ ਤੇ ਫੋਨ ਟੂ ਫੋਨ ਜਿਹੜੀ ਹੈਗੀ ਉਹ ਗੱਲਬਾਤ ਕਰਿਆ ਕਰੋ ਸੋ ਸੁਨੀਲ ਜੀ ਆਪੋ ਸੀ ਕਾਰਡ ਦੀ ਗੱਲ ਕਰ ਰਹੇ ਸੀ ਸਟੂਡੈਂਟਸ ਨੂੰ ਲੈ ਕੇ ਤੇ ਉਹਦੇ ਵਿੱਚ ਕੀ ਹੈ ਕਿ ਜਿਹੜੀ ਓਸੀ ਕਾਰਡ ਜਿਹੜੀ ਸਭ ਤੋਂ ਵੱਡੀ ਚੇਂਜ ਜਿਹਦੇ ਬਾਰੇ ਅੱਜ ਅਸੀਂ ਸਾਰਾ ਮੁੱਦਾ ਹੀ ਰੱਖਿਆ ਕਿ ਜਿਹੜਾ ਵੀ ਸਾਡਾ NRI ਭੈਣ ਭਰਾ ਹੈ ਜਿਹਦੇ ਕੋਲ ਓਸੀ ਕਾਰਡ ਬਣ ਗਿਆ ਹੁਣ ਓਸੀ ਕਾਰਡ ਕਿਹਦਾ ਕਿਹਦਾ ਬਣ ਸਕਦਾ ਹੈ ਸਭ ਤੋਂ ਪਹਿਲਾਂ ਤੇ ਭਾਰਤ ਮੂਲ ਦਾ ਉਹ ਵਿਅਕਤੀ ਜਿਹੜਾ ਭਾਰਤ 'ਚ ਪੈਦਾ ਹੋਇਆ ਸੀ ਬਾਹਰ ਚਲਾ ਗਿਆ ਉੱਥੋਂ ਦਾ ਸਿਟੀਜ਼ਨ ਬਣ ਗਿਆ ਮੁੜ ਕੇ ਉਹ ਇੰਡੀਅਨ ਓਸੀ ਕਾਰਡ ਬਣਾ ਸਕਦਾ ਨੰਬਰ ਇੱਕ ਨੰਬਰ ਦੋ ਚਾਹੇ ਮਾਂ ਜਾਂ ਪਿਓ ਇੰਡੀਅਨ ਮੂਲ ਦਾ ਸੀ ਜਿਹੜੇ ਉਹਦੀ ਵਾਈਫ ਜਾਂ ਸਪਾਊਸ ਹੈ ਹਸਬੈਂਡ ਜਾਂ ਵਾਈਫ ਜਾਂ ਜਿਹੜਾ ਉਹਦਾ ਬੱਚਾ ਅੱਗੋਂ ਜਿਹੜਾ ਉਹਨਾਂ ਦੇ ਪੈਦਾ ਹੋ ਰਹੇ ਨੇ ਉਹ ਸਾਰੇ ਬੱਚੇ ਓਸੀਆਈ ਕਾਰਡ ਦੇ ਹੱਕਦਾਰ ਨੇ ਮੈਂ ਇੱਥੇ ਇੱਕ ਗੱਲ ਦੱਸਣੀ ਜ਼ਰੂਰੀ ਸਮਝਦਾ ਜੇ ਤੁਹਾਡੀ ਸਪਾਊਸ ਨਾਲ ਤੁਹਾਡਾ ਤਲਾਕ ਹੋ ਗਿਆ ਚਾਹੇ ਹਸਬੈਂਡ ਨਾਲ ਜਾਂ ਵਾਈਫ ਨਾਲ ਤੇ ਉਹਦੀ ਭਾਰਤ ਦਾ ਜਿਹੜਾ ਓਸੀਆਈ ਕਾਰਡ ਦੀ ਵੈਲਿਡਿਟੀ ਖਤਮ ਮੰਨੀ ਜਾਏਗੀ ਸੋ ਜਿਹੜੇ ਬੱਚੇ ਨੇ ਉਹਨਾਂ ਦੀ ਕੰਟੀਨਿਊ ਰਹੇਗੀ ਔਰ ਉਹਨਾਂ ਦੇ ਵਿੱਚ ਅੱਗੋਂ ਦੱਸ ਦਿੰਦਾ ਕਿ ਉਹ ਬੱਚੇ ਜਿਹੜੇ ਨੇ ਉਹ ਓਸੀਆਈ ਕਾਰਡ ਦਾ ਕੀ ਬੈਨੀਫਿਟ ਲੈ ਸਕਦੇ ਨੇ ਕਿ ਜਿਹੜੇ ਇੰਡੀਆ ਵਿੱਚ ਕੰਪੀਟੀਸ਼ਨ ਇਗਜ਼ਾਮ ਹੁੰਦੇ ਨੇ ਚਾਹੇ ਉਹ ਇੰਜੀਨੀਅਰਿੰਗ ਦਾ ਕੰਪੀਟੀਸ਼ਨ ਇਗਜ਼ਾਮ ਹੈ ਉਹ ਮੈਡੀਕਲ ਦਾ ਕੰਪੀਟੀਸ਼ਨ ਇਗਜ਼ਾਮ ਹੈ ਜਾਂ ਸਟੱਡੀ ਬੇਸ ਦਾ ਕੋਈ ਵੀ ਕੰਪੀਟੀਟਿਵ ਇਗਜ਼ਾਮ ਹੈ ਹੁਣ ਉਸ ਬੱਚਿਆਂ ਨੂੰ ਇੰਡੀਆ 'ਚ NRI ਕੋਟੇ ਤੋਂ ਇਲਾਵਾ ਰੈਗੂਲਰ ਕੋਟੇ 'ਚ ਵੀ ਬਹਿਣ ਦੀ ਇਜਾਜ਼ਤ ਮਿਲੇਗੀ ਜੇ ਉਹ ਜਨਰਲ ਕੈਟਾਗਰੀ ਨੇ OBC ਕੈਟਾਗਰੀ ਦੇ ਨੇ BC ਕੈਟਾਗਰੀ ਦੇ ਨੇ SC ਦੇ ਨੇ ਉਹਨਾਂ ਨੂੰ ਉਸ ਕੈਟਾਗਰੀ ਦਾ ਬੈਨੀਫਿਟ ਮਿਲ ਪਾਏਗਾ ਔਰ ਉਹ ਸਾਰੇ ਗੱਲਾਂ ਆਪਾਂ ਮੈਡੀਕਲ ਰਿਲੇਟਿਡ ਜਿਸ ਬੱਚੇ ਨੇ ਹੁਣੇ ਨਵਾਂ ਨਵਾਂ ਨੀਟ ਕਲੀਅਰ ਕੀਤਾ ਆਪਾਂ ਉਹਦੇ ਨਾਲ ਡਿਸਕਸ ਕਰਾਂਗੇ ਪਹਿਲਾਂ ਆਪਾਂ ਮੈਡਮ ਮੈਂ ਹੀ ਇੰਟਰੋਡਿਊਸ ਕਰ ਦਿੰਦਾ ਨਵਜੋਤ ਸੱਭਰਵਾਲ ਨਾਲ ਨਵਜੋਤ ਸੱਭਰਵਾਲ ਸਾਡਾ ਘਰ ਦਾ ਹੀ ਬੱਚਾ ਜੀ ਇਹ ਧਾਰੀਵਾਲ ਪਿੰਡ ਹੈ ਧਾਰੀਵਾਲ ਇੱਕ ਛੋਟਾ ਸ਼ਹਿਰ ਹੈ ਗੁਰਦਾਸਪੁਰ ਦੇ ਕੋਲ ਉਹਦੇ ਵਿੱਚ ਇੱਕ ਰਣੀਆ ਪਿੰਡ ਹੈ ਰਣੀਆ ਪਿੰਡ ਦਾ ਰਹਿਣ ਵਾਲਾ ਮੁੰਡਾ ਹੈ ਪਿੰਡ ਦੇ ਸਕੂਲਾਂ 'ਚ ਪੜ੍ਹਿਆ ਨੋਰਮਲ ਸਕੂਲਾਂ 'ਚ ਮਿਹਨਤ ਕੀਤੀ ਹੈ ਔਰ +1 +2 'ਚ ਇਹਨੇ ਮਿਹਨਤ ਕਰਕੇ ਨੀਟ ਦਾ ਇਗਜ਼ਾਮ ਦਿੱਤਾ ਔਰ ਅੱਜ ਇਹ ਬੱਚਾ ਸਕਸੈਸਫੁਲੀ MBBS ਐਡਮਿਸ਼ਨ ਲੈ ਚੁੱਕਾ ਹੈ ਮਾਤਾ ਗੁਜਰੀ ਮੈਡੀਕਲ ਕਾਲਜ ਬਿਹਾਰ ਕਿਸ਼ਨਗੰਜ ਕਿਉਂਕਿ ਉੱਥੇ ਸਿੱਖ ਮਿਨੋਰਿਟੀ ਦੀਆਂ ਸੀਟਾਂ ਅਵੇਲੇਬਲ ਸੀ ਸੀਟ ਸਾਨੂੰ ਉੱਥੇ ਮਿਲੀ ਬਹੁਤ ਸੋਹਣਾ ਕਾਲਜ ਹੈ ਮੈਂ ਵੀ ਜਾ ਕੇ ਦੇਖ ਕੇ ਆਇਆ ਬਾਕੀ ਨਵਜੋਤ ਕੋਲੋਂ ਉਹਦਾ ਐਕਸਪੀਰੀਅੰਸ ਮੇਰੇ ਖਿਆਲ ਆਪਾਂ ਪੁੱਛੀਏ ਅੱਜ ਤੇ ਉਹ ਜ਼ਿਆਦਾ ਵਧੀਆ ਨਵਜੋਤ ਸੱਭਰਵਾਲ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵੱਡੀ ਕਾਮਯਾਬੀ ਹੈ ਜੀ ਇੱਕ ਜਿਵੇਂ ਸੁਨੀਲ ਜੀ ਨੇ ਦੱਸਿਆ ਇੱਕ ਛੋਟੇ ਜਿਹੇ ਪਿੰਡ 'ਚ ਸਰਕਾਰੀ ਸਕੂਲਾਂ 'ਚ ਤੁਸੀਂ ਪੜ੍ਹ ਕੇ ਐਡੇ ਵੱਡੇ ਜਿਹੜੀ ਪ੍ਰੀਖਿਆ ਤੁਸੀਂ ਕਲੀਅਰ ਕੀਤੀ MBBS ਦੇ ਵਿੱਚ ਤੁਸੀਂ ਅੱਜ ਸਟੂਡੈਂਟ ਹੋ ਬਹੁਤ ਵੱਡਾ ਇੱਕ ਸਲੂਟ ਹੈ ਜੀ ਤੁਹਾਨੂੰ ਕਿਉਂਕਿ ਆਪਾਂ ਕਹਿੰਦੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਜਾਂ ਪਿੰਡਾਂ ਦੇ ਬੱਚੇ ਬਹੁਤ ਪਿੱਛੇ ਰਹਿ ਜਾਂਦੇ ਨੇ ਅੱਜ ਅਸੀਂ ਕੰਪੇਅਰ ਕਰਦੇ ਹਾਂ ਸਰਕਾਰੀ ਸਕੂਲਾਂ ਨੂੰ ਜਾਂ ਕਾਨਵੈਂਟ ਸਕੂਲਾਂ ਦੇ ਕਹਿੰਦੇ ਨੇ ਵੀ ਕਾਨਵੈਂਟ ਸਕੂਲਾਂ 'ਚ ਅਸੀਂ ਬੱਚਿਆਂ ਨੂੰ ਪੜ੍ਹਾਈਏ ਕਿਉਂਕਿ ਸਾਡੇ ਬੱਚਿਆਂ ਦਾ ਅੱਗੇ ਫਿਊਚਰ ਬਣ ਸਕਦਾ ਪਰ ਇੱਕ ਮਿਸਾਲ ਹੈ ਨਵਜੋਤ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹੇ ਨੇ ਪਿੰਡਾਂ ਦੇ ਸਕੂਲਾਂ 'ਚ ਪੜ੍ਹ ਕੇ MBBS ਸਟੂਡੈਂਟ ਜਿਹੜੇ ਬਣੇ ਨੇ ਨਵਜੋਤ ਪਹਿਲਾਂ ਤਾਂ ਸਵਾਲ ਇਹੀ ਕਰਾਂਗੇ ਕਿ ਇੱਕ ਕਾਲ ਲੈ ਲਈਏ ਆਪਾਂ ਸੁਨੀਲ ਜੀ ਕਾਲ ਲਈਏ ਜੀ ਕਾਲ ਕਾਲ ਬਹੁਤ ਜ਼ਰੂਰੀ ਹੈ ਜੀ ਹੈਲੋ ਹੈਲੋ ਆਪਣੇ ਵਕੀਲ ਸਾਹਿਬ ਨਾਲ ਗੱਲ ਹੋਊਗੀ ਬਿਲਕੁਲ ਜੀ ਹੋਏਗੀ ਹਾਂਜੀ ਵੀਰ ਜੀ ਹੁਕਮ ਕਰਾਓ ਹਾਂਜੀ ਸੁਨੀਲ ਜੀ ਤੁਹਾਡੀ ਆਵਾਜ਼ ਸੁਣ ਰਹੇ ਨੇ ਵਕੀਲ ਜੀ ਤੁਸੀਂ ਸਵਾਲ ਰੱਖੋ ਆਪਣਾ ਸਵਾਲ ਮੈਂ ਅੱਗੇ ਵੀ ਦੋ ਵਾਰੀ ਕੀਤਾ ਕਿ ਉਹ ਜਿਹੜੇ ਸਿਟੀਜ਼ਨ ਪ੍ਰਾਪਰਟੀ ਇੰਡੀਆ 'ਚ ਖਰੀਦਦੇ ਆ ਉਹਦੇ ਬਾਰੇ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕੋਈ ਉਹਦਾ ਫਾਈਨਲ ਮਿਲਿਆ ਭਾਜੀ ਮੈਨੂੰ 2 ਵੀਕਸ ਹੋਰ ਚਾਹੀਦੇ ਨੇ 16 ਲੱਖ ਜੱਜਮੈਂਟ ਹੈ ਜਿਹਦੇ ਵਿੱਚੋਂ ਤੁਹਾਡੇ ਮੈਡਮ ਤੁਸੀਂ ਮੇਰਾ ਸਵਾਲ ਜਵਾਬ ਰਿਪੀਟ ਕਰ ਦੇਣਾ ਕਿ ਅਸੀਂ ਇਹਨਾਂ ਦੇ ਕੰਮ ਨੂੰ ਕਰ ਰਹੇ ਹਾਂ 2 ਹਫ਼ਤੇ ਹੋਰ ਚਾਹੀਦੇ ਨੇ ਤੇ ਸੁਨੀਲ ਜੀ ਕਹਿ ਰਹੇ ਨੇ ਕਿ ਉਹਨੂੰ 2 ਹਫ਼ਤਿਆਂ ਦਾ ਸਮਾਂ ਹੋਰ ਦਿਓ ਕਿਉਂਕਿ ਪੂਰੀ ਜਿਹੜੀ ਹੈ ਜਾਣਕਾਰੀ ਇਕੱਠੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਗਲਤ ਇਨਫੋਰਮੇਸ਼ਨ ਜਿਹੜੀ ਹੈ ਨਹੀਂ ਦੇਣੀ ਦਰਸ਼ਕਾਂ ਨੂੰ ਇਸ ਕਰਕੇ 2 ਹਫ਼ਤਿਆਂ ਦਾ ਸਮਾਂ ਉਹ ਹੋਰ ਮੰਗ ਰਹੇ ਨੇ ਸੋ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਜਿਹੜੇ ਸੁਨੀਲ ਜੀ ਨੇ ਸਾਡੇ ਨਾਲ ਥੋੜ੍ਹਾ ਸਕਾਈਪ 'ਤੇ ਅੱਜ ਜੁੜੇ ਨੇ ਤਾਂ ਥੋੜ੍ਹਾ ਜਿਹਾ ਹੋ ਸਕਦਾ ਵੀ ਇੰਟਰਨੈਟ ਦੀ ਪ੍ਰੋਬਲਮ ਕਰਕੇ ਜਿਹੜੀ ਹੈ ਜ਼ਿਆਦਾ ਗੱਲਬਾਤ ਦੇ ਵਿੱਚ ਕੁਛ ਨਾ ਕੁਛ ਰੁਕਾਵਟ ਹੋ ਸਕਦੀ ਹੈ ਹਾਂਜੀ ਸੁਨੀਲ ਜੀ ਆਪਾਂ ਕੰਟੀਨਿਊ ਕਰੀਏ ਮੈਂ ਪਹਿਲਾਂ ਆਪਣਾ ਇਹਦੇ ਤੇ ਵੀ ਜਵਾਬ ਦੇ ਦਿੰਦਾ ਮੈਂ ਵੀਰ ਜੀ ਦੇ ਕੰਮ ਦੇ ਉੱਤੇ 5 ਬੱਚੇ ਆਪਣੇ ਲਾਏ ਨੇ ਮੇਰੇ ਜੂਨੀਅਰ ਔਰ 16 ਲੱਖ ਤੋਂ ਵੱਧ ਜੱਜਮੈਂਟਸ ਨੇ ਜਿਹਦੇ ਵਿੱਚੋਂ ਜੇ ਮੈਂ ਇਹ ਵੀ ਮੰਨਾਂ ਤੇ ਛਾਂਟ ਕੇ ਕਾਨੂੰਨ ਦੀ ਧਾਰਾ ਲੱਭ ਕੇ ਡੀਪਲੀ ਜਾਂਦਿਆਂ ਵੀ ਸਾਨੂੰ ਟਾਈਮ ਲੱਗਣਾ ਔਰ ਉਮੀਦ ਕਰਦਾ ਕਿ ਵਿਦਇਨ 2 ਵੀਕਸ ਮੈਂ ਪੂਰਾ ਨਿਚੋੜ ਕੱਢ ਕੇ ਗਰੰਟੀ ਨਾਲ ਜਵਾਬ ਦੇ ਪਾਵਾਂਗਾ ਔਰ ਸਹੀ ਜਵਾਬ ਦੇਵਾਂਗਾ ਸਹੀ ਜਵਾਬ ਦੇਣ ਦੀ ਜ਼ਿੰਮੇਵਾਰੀ ਲੈਣਾ ਟਾਈਮ ਜ਼ਰੂਰ ਮੰਗ ਰਿਹਾ ਲੱਗੇਗਾ ਪਰ ਰੁਟੀਨ ਦੇ ਕੰਮ ਵੀ ਕਰਨੇ ਆ ਇਹ ਵੀ ਕੰਮ ਸਾਡੀ ਲਿਸਟ ਵਿੱਚ ਲੱਗਾ ਜੀ
और जल्दी करके देंगे वीर जी काम जी। छोटे होंदे ही मेरे दादा जी सी उन्हां दी इच्छा सी कि साडे घर विच भी एक डॉक्टर होना चाहिए ते मेरे मम्मा वो फार्मासिस्ट ने उन्हां दी भी इच्छा सी कि उन्हां दा बेटा जिहड़ा डॉक्टर होना चाहिए साडे परिवार च कोई डॉक्टर नहीं सी हैगा इस करके इत्थों ही मैनूं मोटीवेशन मिली इंस्पीरेशन मिली बचपन तो ही तां जो मैं इह लाइन लई मैडिकल लाइन जो कि बहुत वधिया लाइन है इस करके मैनूं इत्थों इंस्पीरेशन मिली ते हुण मैं अज मैडिकल दा स्टूडेंट आं बी। स्कूलिंग तो नवजोत तुहाडी कित्थों दी स्कूलिंग उस तो बाद प्लस वन प्लस टू जां फिर कॉलेज सारी असीं जानना चाहवांगे। हाँ जी मैं स्कूलिंग जिहड़ी है मेरी धारीवाल शहर तो हुई है कोटसन तो कराए इत्थे स्कूल है दुआबा पब्लिक स्कूल उत्थों दी मेरी स्कूलिंग है रूरल एरिया दी स्कूलिंग है मेरी ते प्लस वन प्लस टू दी स्कूलिंग भी मैं उत्थे कीती है। उस तो बाद मैं नीट वास्ते घरे प्रैपरेशन कीती ते ड्रॉप नहीं हैगा मेरा प्लस टू तो बाद ही मैं नीट का एग्जाम दिता ते उत्थे क्वालीफाई करन तो बाद मैनू मेडिकल ते एडमिशन मिली। नवजोत किवें कीती नीट दी तैयारी तुसी क्योंकि बड़ी वड्डी परीक्षा है ना मेहनत बहुत लगदी है बहुत समा सानू तैयारी दे लई देना पैंदा किवें तुहाडी तैयारी रही? ये देखण ते ही मतलब इन्नी वड्डी परीक्षा नहीं हैगी मतलब कि इत्थे तुहानू अगर तुसी रोज थोड़ी थोड़ी देर तैयारी करोगे तो तुम इन पार कर सकते हो जी परीक्षा है मतलब कि जिम फिजिक्स कैमिस्ट्री बायोलॉजी से तीन सबजैक्ट जो पूछे जाते हैं फिजिक्स कैमिस्ट्री जो है वो थोड़ी मुश्किल मनी जाती है बच्चों के पर अगर अही फिजिक्स के रोज़ क्वेश्चन सोल्व करा न्यूमेरिकल्स डेली सोल्व करा जेडे पास्ट ईयर क्वेश्चन ने वो सोल्व करा फिजिक्स के जी कमांड हासिल कर सकते हैं तो बायोलॉजी वास्ते मैं यही सुजैसट करूँगा कि जी CBSE की जी बुक इशू की जाती है जी ऑफिशियल बुक जी है उन्होंने भी तुम लाइन टू लाइन पढ़ोगे और तुम बायोलॉजी के क्वेश्चन भी अच्छे तरीके ने सोल्व कर सकोगे। नवजोत किन्ना कु समा तुसी तैयारी करते क्योंकि आप स्टूडेंट्स नू वेखिए तो डर जाते हैं भी अगे असी नीट की तैयारी करनी नीट का असी टेस्ट देना सानू बड़ा पढ़ना पड़ेगा बड़ा डर जाते हैं तुसी किन्ना किन्ना समा तैयारी की ताकि मोटीवेशन जी दूजे बच्चों को भी मिल सके दूजे स्टूडेंट्स नू? हाँ जी टेंथ ऑनवर्ड्स मैं प्लस वन ते प्लस टू की दौरान ही यदि तैयारी की दौरान मैं डेली 3 to 4 hours नीट की प्रैपरेशन वास्ते मैं यूज करता सी डेली न्यूमेरिकल करता सी ते जिहदे नाल मैं नीट की परीक्षा हल की है। ਕਿਹੜੀਆਂ ਅਗਰ ਅਸੀਂ ਨੀਟ ਦੀ ਜਿਵੇਂ ਟੈਸਟ ਦੀ ਤਿਆਰੀ ਕਰਨੀ ਹੈ ਕਿਹੜੀ ਕਿਹੜੀ ਤੁਸੀਂ ਵੈਬਸਾਈਟ ਦੇਖੀਆਂ ਹੋਣਗੀਆਂ ਕੋਈ ਥੋੜ੍ਹੀ ਬਹੁਤ ਕੋਈ ਜਾਣਕਾਰੀ ਜੋ ਉੱਥੋਂ ਵੀ ਇਕੱਠੀ ਕੀਤੀ ਹੋਊਗੀ ਕਿਹੜੀ ਕਿਹੜੀ ਵੈਬਸਾਈਟ ਤੋਂ ਤੁਸੀਂ ਗਏ ਸੀ? ਹਾਂਜੀ ਯੂਟਿਊਬ ਤੋਂ ਮੈਂ ਥੋੜ੍ਹੇ ਥੋੜ੍ਹੇ ਟੌਪਿਕਸ ਦੇ ਬਾਰੇ ਪਰ ਜਾਣਕਾਰੀ ਲਿੱਤੀ ਸੀ ਯੂਟਿਊਬ 'ਤੇ ਹਰ ਇੱਕ ਟੌਪਿਕ ਦੇ ਬਾਰੇ 'ਚ ਜਾਣਕਾਰੀ ਅਵੇਲੇਬਲ ਹੈ ਉੱਥੇ ਤੁਸੀਂ ਜਾ ਕੇ ਪੜ੍ਹ ਸਕਦੇ ਹੋ ਛੋਟੇ ਛੋਟੇ ਟੌਪਿਕਸ ਬਾਕੀ ਮੈਂ ਆਪਣੇ ਟੀਚਰਸ ਤੋਂ ਵੀ ਹੈਲਪ ਲਿੱਤੀ ਸੀ। ਬੁੱਕਸ ਵੀ ਬੜੀਆਂ ਹੋਣੀਆਂ ਤੁਸੀਂ? ਹਾਂਜੀ ਸੁਨੀਲ ਜੀ ਤੁਸੀਂ ਵਿੱਚ ਵਿੱਚ ਥੋੜਾ ਆਪਣਾ ਯੋਗਦਾਨ ਪਾ ਸਕਦੇ ਹੋ। ਮੈਂ ਦੱਸਦਾ ਮੇਨ ਜਿਹੜੀ ਸਾਰੇ ਦਰਸ਼ਕ ਸੁਣਨਾ ਚਾਹਣਗੇ ਉਹ ਚੀਜ਼ ਹੈ ਕਿ ਨੀਟ ਦਾ ਕਿਹੜੀ ਸਾਈਟ ਹੈ ਕਿਹੜੀ ਸਾਈਟ ਤੇ ਜਾ ਕੇ ਆਪਣੇ ਆਪ ਨੂੰ ਕਿਹੜੇ ਮਹੀਨੇ ਚ ਰਜਿਸਟਰ ਕਰਨਾ ਆਪਾਂ ਤਾਂ ਕਿ ਉਹਦੇ ਬੱਚੇ ਦੀ ਪ੍ਰੈਪਰੇਸ਼ਨ ਉਦੋਂ ਤੋਂ ਸ਼ੁਰੂ ਪ੍ਰੈਪਰੇਸ਼ਨ ਤਾਂ ਪਹਿਲਾਂ ਹੀ ਸ਼ੁਰੂ ਹੋ ਜਾਏਗੀ ਤਾਂ ਕਿ ਉਹ ਇਗਜ਼ਾਮ ਦੀ ਤਿਆਰੀ ਇਗਜ਼ਾਮ ਦੀ ਡੈਡਲਾਈਨ ਉਹਨੂੰ ਪਤਾ ਲੱਗ ਜਾਏ ਕਿਹੜੇ ਮਹੀਨੇ ਚ ਨੀਟ ਦਾ ਇਗਜ਼ਾਮ ਵਾਸਤੇ ਪੋਰਟਲ ਖੁੱਲਦਾ ਜਦੋਂ ਨੀਟ ਦਾ ਅਸੀਂ ਭਰਨਾ ਫਾਰਮ ਉਦੋਂ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਕਿੰਨੀ ਕਿੰਨੀ ਕਿਸ ਤਰ੍ਹਾਂ ਆਪਾਂ ਉਹਨੂੰ ਅਪਲੋਡ ਕਰਨਾ ਅਤੇ ਕਦੋਂ ਤੱਕ ਉਹਦਾ ਫਿਰ ਸਾਨੂੰ ਰੋਲ ਨੰਬਰ ਇਸ਼ੂ ਹੁੰਦਾ ਨਵਜੋਤ ਤੁਸੀਂ ਇਹਦੇ ਬਾਰੇ ਕੁਛ ਸਾਰੇ ਸਾਡੇ ਦਰਸ਼ਕਾਂ ਨੂੰ ਗਾਈਡ ਕਰੋ ਪਲੀਜ਼। ਹਾਂਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਨੀਟ ਦਾ ਟੈਸਟ ਬੇਸਿਕਲੀ 3 hours ਦਾ ਟੈਸਟ ਹੁੰਦਾ ਜਿੱਥੇ ਤੁਹਾਨੂੰ 180 ਕੁਐਸਚਨਸ ਪੁੱਛੇ ਜਾਂਦੇ ਨੇ ਫਿਜ਼ਿਕਸ ਦੇ 45 ਕੁਐਸਚਨ ਹੁੰਦੇ ਅਤੇ ਕੈਮਿਸਟਰੀ ਦੇ ਵੀ 45 ਕੁਐਸਚਨ ਅਤੇ ਬਾਇਓਲੋਜੀ ਦੇ ਤੁਹਾਨੂੰ 90 ਕੁਐਸਚਨ ਪੁੱਛੇ ਜਾਂਦੇ ਨੇ ਅਤੇ ਇਸੇ ਹਿਸਾਬ ਨਾਲ ਹੀ ਤੁਸੀਂ ਉਹਦੀ ਪ੍ਰੈਪਰੇਸ਼ਨ ਕਰਨੀ ਹੈ। ਜਿਹੜੀ ਨੀਟ ਦੀ ਓਫਿਸ਼ੀਅਲ ਸਾਈਟ ਹੈ ਜਿੱਥੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਹੈਗੀ ਹੈ www.ntaneet.nic.in।
ਇੱਥੇ ਤੁਸੀਂ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ ਅਤੇ ਨਵਜੋਤ ਡਾਕੂਮੈਂਟਸ ਦੀ ਕਿਹੜੀ ਲੋੜ ਪੈਂਦੀ ਹੈ ਸਾਨੂੰ ਕਿਹੜੇ ਕਿਹੜੇ ਦਸਤਾਵੇਜ਼ ਦੀ ਜਦੋਂ ਅਸੀਂ ਵੈਬਸਾਈਟ 'ਤੇ ਜਾ ਕੇ ਹਾਂਜੀ ਇਹਦੇ 'ਚ ਤੁਹਾਨੂੰ ਆਪਣੀ ਪਾਸਪੋਰਟ ਸਾਈਜ਼ ਫੋਟੋ ਅਪਲੋਡ ਕਰਨੀ ਹੈ ਆਪਣੇ ਸਿਗਨੇਚਰ ਦੀ ਸਕੈਨ ਕਾਪੀ ਜਿਹੜੀ ਅਪਲੋਡ ਕਰਨੀ ਹੈ ਇਹਦੇ ਨਾਲ ਤੁਹਾਨੂੰ ਆਪਣਾ ਲੈਫਟ ਹੈਂਡ ਹੋਮ ਡੈਕੋਰੇਸ਼ਨ ਦੀ ਸਕੈਨ ਕਾਪੀ ਅਤੇ ਆਪਣਾ ਟੈਂਥ ਦਾ ਸਰਟੀਫਿਕੇਟ ਦੀ ਜਿਹੜੀ ਹੈ ਸਕੈਨ ਕਾਪੀ ਜਿਹੜੀ ਅਪਲੋਡ ਕਰਨੀ ਹੈ ਅੱਛਾ ਰੋਲ ਨੰਬਰ ਕਿਵੇਂ ਮਿਲਦਾ ਆਪਾਂ ਨਵਜੋਤ ਰੋਲ ਨੰਬਰ ਦੀ ਗੱਲ ਕਰੀਏ ਕਿਵੇਂ ਅਸੀਂ ਕ੍ਰੀਏਟ ਕਰ ਸਕਦੇ ਹਾਂ ਇੱਕ ਮਿੰਟ ਮੈਂ ਫਿਰ ਵਿੱਚ ਦਖਲ ਅੰਦਾਜ਼ੀ ਕਰਦਾ ਨਵਜੋਤ ਇੱਕ ਵਾਰੀ ਤੁਸੀਂ ਜਿਹੜੀ ਵੈਬਸਾਈਟ ਹੈ ਨਾ ਉਹਦਾ ਪ੍ਰੋਪਰ ਸਪੈਲਿੰਗ ਸਮੇਤ ਬੋਲ ਦੋ ਦੁਬਾਰਾ ਤਾਂ ਕਿ ਸਾਡੇ ਦਰਸ਼ਕ ਉਹਨੂੰ ਨੋਟ ਕਰ ਸਕਣ www. ਸਲੋ ਸਲੋ ਕਰਕੇ ਬੋਲੋ ਕਿਉਂਕਿ ਸਾਡੇ ਦਰਸ਼ਕ ਸੁਣ ਰਹੇ ਨੇ ਤੇ ਸ਼ਾਇਦ ਨੋਟ ਵੀ ਕਰਨਾ ਚਾਹੁੰਦੇ ਹੋ ਹਾਂਜੀ ਤੁਸੀਂ ਨੋਟ ਕਰ ਸਕਦੇ www.ntanweet.nic.in ਨਹੀਂ ਤਾਂ ਤੁਸੀਂ ਨੀਟ ਦੀ ਨੀਟ ਅਫੀਸ਼ੀਅਲ ਵੈਬਸਾਈਟ ਵੀ ਲਿਖੋਗੇ ਤਾਂ ਉਹ ਪਹਿਲੇ ਨੰਬਰ ਤੇ ਆ ਜਾਏਗੀ ਉਹ ਜਾ ਕੇ ਸਰਚ ਕਰ ਸਕਦੇ ਕਈ ਵਾਰ ਨਵਜੋਤ ਦੇ ਹੁੰਦਾ ਦੋ ਤਿੰਨ ਸਾਈਟਸ ਬਣੀਆਂ ਹੁੰਦੀਆਂ ਨੇ ਪਤਾ ਨਹੀਂ ਲੱਗਦਾ ਸਟੂਡੈਂਟਸ ਨੂੰ ਨਹੀਂ ਅਫੀਸ਼ੀਅਲ ਸਾਈਟ ਤੇ ਇੰਡੀਆ ਦਾ ਝੰਡਾ ਬਣਿਆ ਹੋਇਆ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਪਲੱਸ ਜਦੋਂ ਮੈਡਮ NIC.in ਆ ਗਿਆ ਨਾ ਲਾਸਟ ਤੇ ਤੇ ਉਹ ਨੈਸ਼ਨਲ ਇਨਫੋਰਮੇਸ਼ਨ ਸੈਂਟਰ ਸਾਡਾ ਸਰਕਾਰ ਦਾ ਭਾਰਤ ਸਰਕਾਰ ਦਾ ਸਾਈਟ ਹੈ ਜਾਂ GOV.in ਹੋਵੇ ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਦੋ ਸਾਈਟਾਂ ਜਦੋਂ ਲਾਸਟ ਖਤਮ ਹੋਣ NIC.in ਜਾਂ GOV.in ਤੇ ਤੁਸੀਂ ਉਹਦੇ ਤੇ ਭਰੋਸਾ ਕਰ ਸਕਦੇ ਹੋ ਔਰ ਭਾਰਤ ਦਾ ਝੰਡਾ ਸ਼ੇਰ ਦਾ ਨਿਸ਼ਾਨ ਸਾਡਾ ਜਿਹੜਾ ਐਮਬਲਮ ਹੈ ਤ੍ਰਿਮੂਰਤੀ ਵਾਲਾ ਉਹ ਲੱਗਾ ਹੋਏਗਾ ਨਵਜੋਤ ਹੁਣ ਤੁਸੀਂ ਇਹ ਦੱਸੋ ਕਿ ਉਹਦੇ ਵਿੱਚ ਜਦੋਂ ਅਸੀਂ ਫਾਰਮ ਭਰਨਾ ਹੈ ਤੇ ਖਾਸ ਕਰਕੇ ਬੱਚੇ ਕਿਸੇ ਵੇਲੇ ਨਾਂ ਦੇ ਸਪੈਲਿੰਗ ਗਲਤ ਕਰ ਸਕਦੇ ਨੇ ਕਦੀ ਉਹ ਫਾਦਰ ਨੇਮ 'ਚ ਕੋਈ ਗਲਤੀ ਅੱਗੇ ਸ਼੍ਰੀ ਜਾਂ ਸਰਦਾਰ ਲਾਉਂਦੇ ਨੇ ਉਹਦੀਆਂ ਥੋੜ੍ਹੀਆਂ ਜਿਹੀਆਂ ਹਦਾਇਤਾਂ 'ਤੇ ਵੀ ਥੋੜ੍ਹਾ ਜਿਹਾ ਚਾਨਣਾ ਪਾਓ ਕਿਉਂਕਿ ਜਿਹੜੇ ਸਾਡੇ NRI ਭੈਣ ਭਰਾ ਬਾਹਰ ਬੈਠੇ ਨੇ ਉਹ ਗਲਤੀ ਨਾ ਕਰਨ ਉਹਨਾਂ ਕੋਲੋਂ ਦਿੱਕਤ ਨਾ ਆਵੇ ਉਹਦੇ 'ਤੇ ਤੁਸੀਂ ਚਾਨਣਾ ਪਾਓ ਕਿ ਜਦੋਂ ਅਸੀਂ ਕਰਨਾ ਫੋਟੋ ਦਾ ਸਾਈਜ਼ ਦੀ ਕੋਈ KB ਦੱਸੀ ਜਾਂਦੀ ਹੈ ਸਿਗਨੇਚਰ ਦੀ ਕੋਈ KB ਹੈ ਜਾਂ ਜਿਹੜਾ 10th ਦਾ ਸਰਟੀਫਿਕੇਟ ਤੁਸੀਂ ਸਾਨੂੰ ਦੱਸਿਆ ਉਹ ਫਰੰਟ ਬੈਕ ਕਰਨਾ ਕਿ ਇੱਕੋ ਸਾਈਡ ਕਰਨੀ ਹੈ ਇਹ ਬੜੇ ਸਾਰੇ ਸਵਾਲ ਨੇ ਜਿਹੜੇ ਮੇਰੇ ਦਿਲ 'ਚ ਆ ਰਹੇ ਨੇ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗਣ ਪਲੀਜ਼ ਦੱਸੋ ਹਾਂਜੀ ਨੀਟ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ 'ਤੇ ਤੁਸੀਂ ਜਾ ਕੇ ਰਜਿਸਟਰ ਕਰ ਸਕਦੇ ਹੋ ਉੱਥੇ ਇਹਦੇ ਸਾਰੇ ਫੋਰਮੈਟ ਜਿਹੜੇ ਉਹ ਲਿਖੇ ਹੋਏ ਨੇ ਹਰ ਮੰਥ ਇੱਥੇ ਔਨਲਾਈਨ ਵੈਬਸਾਈਟ 'ਤੇ ਇਹਦੀ ਅਪਡੇਸ਼ਨ ਹੁੰਦੀ ਰਹਿੰਦੀ ਹੈ ਇਨਫੋਰਮੇਸ਼ਨ ਜਿਹੜੀ ਆ ਉਹ ਸਾਰੀ ਇਹੀ ਵੈਬਸਾਈਟ 'ਤੇ ਤੁਸੀਂ ਜਾ ਕੇ ਲੈ ਸਕਦੇ ਹੋ ਇਸੀ ਵੈਬਸਾਈਟ 'ਤੇ ਜਾਣ ਦੀ ਕੋਈ ਲੋੜ ਨਹੀਂ ਹੈ ਬਸ ਇਹੀ ਅਫੀਸ਼ੀਅਲ ਵੈਬਸਾਈਟ 'ਤੇ ਤੁਸੀਂ ਰਹਿਣਾ ਹੈ ਅਤੇ ਨੀਟ ਦੀ ਜਿਹੜੀ ਰਜਿਸਟ੍ਰੇਸ਼ਨ ਸਟਾਰਟ ਹੈ ਉਹ ਵੀ ਜੂਨ ਸੈਕਿੰਡ ਵੀਕ ਨੂੰ ਸਟਾਰਟ ਹੋ ਰਹੀ ਹੈ ਨਵਜੋਤ ਰੀਐਡਿਟ ਹੋ ਸਕਦਾ ਫਾਰਮ ਜਿਹੜਾ ਆਪਾਂ ਫਿਲ ਕਰਦੇ ਹਾਂ ਕਈ ਵਾਰ ਕੋਈ ਗਲਤੀ ਵਗੈਰਾ ਹੋ ਜਾਂਦੀ ਹੈ ਹਾਂਜੀ ਉਹ ਵੀ ਆਪਸ਼ਨ ਹੁੰਦੀ ਹੈ ਐਡਮਿਟ ਕਾਰਡ ਇੱਕ ਮਿਲਦਾ ਹੈ ਨੀਟ ਦਾ ਉਹਨੂੰ ਡਾਊਨਲੋਡ ਕਰਨ ਤੋਂ ਕੁਛ ਮੰਥ ਪਹਿਲਾਂ ਤੁਸੀਂ ਇਹਨੂੰ ਐਡਿਟ ਕਰ ਸਕਦੇ ਹੋ ਆਪਣੇ ਨਾਂ 'ਚ ਗਲਤੀ ਹੋ ਗਈ ਹੈ ਮਿਆਦ ਕਿੰਨੀ ਕੁ ਮਿਆਦ ਹੁੰਦੀ ਹੈ ਨਵਜੋਤ ਮੈਂ ਟੋਕਣਾ ਚਾਹੂੰਗੀ ਕਿੰਨੇ ਕੁ ਸਮਾਂ ਇੱਕ ਲਿਮਿਟ ਹੁੰਦੀ ਹੈ ਵੀ ਉਹਨੇ ਟਾਈਮ ਦੇ ਵਿੱਚ ਤੁਸੀਂ ਐਡਿਟ ਕਰ ਸਕਦੇ ਜਿਵੇਂ ਜੂਨ 'ਤੇ ਤੁਹਾਡੀ ਰਜਿਸਟ੍ਰੇਸ਼ਨ ਸਟਾਰਟ ਹੋ ਜਾਣੀ ਹੈ ਉਸ ਤੋਂ ਬਾਅਦ ਤੁਹਾਨੂੰ ਜੁਲਾਈ ਦੇ ਲਾਸਟ 'ਚ ਐਡਮਿਟ ਕਾਰਡ ਮਿਲਣਾ ਇਹਦਾ ਮਤਲਬ ਜੂਨ ਤੋਂ ਲੈ ਕੇ ਅਤੇ ਸੈਕਿੰਡ ਵੀਕ ਆਫ ਜੁਲਾਈ ਤੱਕ ਤੁਸੀਂ ਐਡਿਟ ਕਰ ਸਕਦੇ ਹੋ ਲੰਬਾ ਸਮਾਂ ਹੈ ਮਤਲਬ ਕਿ ਹਾਂਜੀ ਉਹਦੇ 'ਚ ਵੀ ਜਦੋਂ ਤੁਸੀਂ ਐਡਿਟ ਕਰਨਾ ਹੈ ਬੜੀਆਂ ਸਪੈਸੀਫਿਕ ਇਨਫੋਰਮੇਸ਼ਨ ਹੀ ਹੈ ਜਿਹੜੀ ਤੁਸੀਂ ਐਡਿਟ ਕਰ ਸਕਦੇ ਹੋ ਕਈ ਚੀਜ਼ਾਂ ਨੂੰ ਐਡਿਟ ਕਰਨ ਲਈ ਐਡਮਿਨਿਸਟ੍ਰੇਟਰ ਦੀ ਅਪਰੂਵਲ ਦੀ ਵੀ ਲੋੜ ਪੈਂਦੀ ਹੈ ਸੋ ਪਰ ਇੱਕ ਗੱਲ ਮੈਂ ਸਮਝਾ ਦਿੰਦਾ ਬੀਂਗ ਵਕੀਲ ਕਿ ਜਦੋਂ ਵੀ ਤੁਸੀਂ ਫਾਰਮ ਭਰਨਾ ਹੈ ਤੁਹਾਡੇ ਸਪੈਲਿੰਗ ਪਹਿਲਾਂ ਆਪਣੀ ਲਾਈਨ ਨੂੰ ਚੈੱਕ ਕਰਨ ਤੋਂ ਬਾਅਦ ਕਲਿੱਕ ਕਰੋ ਫਿਰ ਅਗਲੀ ਲਾਈਨ 'ਤੇ ਜਾਓ ਕੋਈ ਕਾਹਲੀ ਨਾ ਕਰੋ ਟਾਈਮ ਤੁਹਾਡੇ ਕੋਲ ਬੜਾ ਹੈ ਔਰ ਮੈਂ ਕੀ ਕਰਦਾ ਮੈਂ ਆਪਣਾ ਫਾਰਮੂਲਾ ਦੱਸ ਦਿੰਦਾ ਮੈਂ ਤਾਂ ਫਾਰਮ ਖੋਲ੍ਹਦਾ ਪ੍ਰਿੰਟ ਸਕਰੀਨ ਮਾਰ ਕੇ ਉਹਦਾ ਪ੍ਰਿੰਟ ਕੱਢ ਲੈਂਦਾ ਫਿਰ ਉਹਦੀ ਇੰਸਟਰਕਸ਼ਨ ਸ਼ੀਟ ਨੂੰ ਮੈਂ ਡਾਊਨਲੋਡ ਕਰਦਾ ਉਹਦਾ PDF ਅਵੇਲੇਬਲ ਹੈ ਇੰਸਟਰਕਸ਼ਨ ਸ਼ੀਟ ਦਾ PDF ਨੀਟ ਦੀ ਸਾਈਟ 'ਤੇ ਅਵੇਲੇਬਲ ਹੈ ਉਹਨੂੰ ਪਹਿਲਾਂ ਬੜੇ ਧਿਆਨ ਨਾਲ ਪੜ੍ਹੋ ਪੜ੍ਹ ਕੇ ਉਹਦੇ ਮੁਤਾਬਕ ਆਪਣੇ ਸਾਰੇ PDF ਸਾਰੀਆਂ ਚੀਜ਼ਾਂ ਰੈਡੀ ਕਰੋ ਤਾਂ ਕਿ ਉਹਦਾ ਇੱਕ ਫੋਲਡਰ ਬਣਾਓ ਆਪਣੇ ਲੈਪਟਾਪ 'ਚ ਤਾਂ ਕਿ ਜਦੋਂ ਤੁਸੀਂ ਭਰਨ ਪੈਣਾ ਤਾਂ ਤੁਹਾਡਾ ਲੈਗ ਨਾ ਆਵੇ ਔਰ ਨਾਲ ਦੀ ਨਾਲ ਉਹ ਕਲੀਅਰ ਹੁੰਦਾ ਜਾਵੇ ਨਵਜੋਤ ਆਈ ਥਿੰਕ ਆਈ ਐਮ ਰਾਈਟ ਔਨ ਦਿਸ ਪੁਆਇੰਟ ਯੈਸ ਜੀ ਨਵਜੋਤ ਰੋਲ ਨੰਬਰ ਦੀ ਗੱਲ ਕਰ ਰਹੇ ਸੀ ਆਪਾਂ ਰੋਲ ਨੰਬਰ ਅਸੀਂ ਕਿਵੇਂ ਲੈ ਸਕਦੇ ਹਾਂ ਹਾਂਜੀ ਜਿਵੇਂ ਜੂਨ 'ਚ ਤੁਸੀਂ ਰਜਿਸਟ੍ਰੇਸ਼ਨ ਕਰਦੇ ਹੋ ਉਸ ਤੋਂ ਬਾਅਦ ਜੁਲਾਈ ਦੇ ਲਾਸਟ 'ਚ ਤੁਹਾਨੂੰ ਇੱਕ ਤੁਹਾਡੇ ਰਜਿਸਟ੍ਰੇਸ਼ਨ ਮੋਬਾਈਲ 'ਤੇ ਮੈਸੇਜ ਆਏਗਾ ਤੁਸੀਂ ਆਪਣਾ ਰੋਲ ਨੰਬਰ ਜਾਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਵੈਬਸਾਈਟ 'ਤੇ ਜਾ ਕੇ ਅਤੇ ਜਿਹੜੀ ਵੈਬਸਾਈਟ ਮੈਂ ਪਹਿਲਾਂ ਕੀਤੀ ਉਹੀ ਵੈਬਸਾਈਟ 'ਤੇ ਤੁਸੀਂ ਜਾ ਕੇ ਆਪਣਾ ਐਡਮਿਟ ਕਾਰਡ ਹੈ ਉਹੀ ਤੁਹਾਡਾ ਐਡਮਿਟ ਕਾਰਡ ਹੈ ਜਿਹੜਾ ਤੁਹਾਨੂੰ
सेंटर से जिते टेस्ट दोगे उत्थे जाने से हेल्प करेगा, वो एडमिट कार्ड तुसी डाउनलोड कर लेना है। मैं सजेस्ट करूँगा कि तुसी दो तीन कॉपीज करवा लो जिहड़ी कि तुहानूं बाद चों कोई गुम गया जां एक वो अपने कोल भी रख लैंदे ने, इस करके तुसी उहदी दो तीन कॉपीज करवा लो। नवजोत, फॉर्म भरन तो किन्ने टाइम बाद सानूं रोल नंबर मिलदा है? फॉर्म तो सानूं एक मंथ बाद। पद्धर साइट किसी वेले ज्यादा लोग यूज करते हैं तो किसी वेले हैंग भी हो सकती है। सो बिल्कुल सही टाइम पर जो इंटरनेट की स्पीड ओके हो डॉक्यूमेंट पूरे हो पहली गल तो उदो भरो। दूसरी गल जिदा नवजोत ने समझाया कि दो तीन प्रिंट कट के रखो ताकि दिक्कत ना आए, तो स्टैप वन की है कि नीट विच तुहाडी रजिस्ट्रेशन इन्नी कि ज्यादा इंपॉर्टेंट है कि तुसी सिर्फ पेपर दिता है, उसमें तुहाडा रैंक चाहे मिनीम पॉसीबल भी आया पर किसी वेले तुहानू फिर भी डॉक्टरी की सीट मिलने के चांसिज ने, किदां ने आप अगले प्रोग्राम समझावांगे। तो स्टैप वन हर एक भैन भरा लई जिहड़ा बच्चा भी मैडिकल स्टूडेंट रहा प्लस वन प्लस टू च फिजिक्स कैमिस्ट्री बायो इंग्लिश के ऑप्शनल सबजैक्ट लिता है, वह बच्चा एलीजिबल है नीट का फॉर्म भरे, भरन तो बाद जो एडमिट कार्ड मिल गया। यह प्रोसैस जिन्हें भी मैडिकल कॉलेज एडमिशन लैनी है चाहे बी एम एस लैनी है एम बी बी एस लैनी है डेंटल च लैनी है या किसी भी और मैडिकल प्रोफेशनल डिग्री करनी है, नीट इज द प्राइम। जे तुहाडा नीट च एग्जाम नहीं चाहे तुहाडे प्लस टू च 100 चो 100 मार्क्स भी आए हैं तुसी किसी भी मैडिकल कॉलेज एडमिशन लैण लई एलीजिबल नहीं हो, ये मोस्ट इंपॉर्टेंट फैक्टर दस रहे हैं। हुण आंदा स्टैप टू। हुण मैम तुसी कुछ पुछण वाले सी पहला। हाँ जी नवजोत जी, मैं तो अगे ही कहना सी चलो फॉर्म भी भर लिया अपने कोल रोल नंबर भी आ गया, उस तो बाद हुण असीं पेपर देना, पेपर देने लिए सेंटर जिहड़े कित्थे कित्थे सानू मिल सकदे आ, पता किवें लगदा तुहाडा इस सेंटर दे विच पेपर है? ते तुसीं रजिस्ट्रेशन करनी आ उत्थे एक ऑप्शन हुंदी है तुहाडे नियरेस्ट सेंटर दी, उत्थे तुहानूं तीन चार सेंटर्स बारे पुछया जांदा है। तुसीं अपने नियरेस्ट जिहड़े भी तुहाडे सेंटर है, जिस तरह मेरे अमृतसर बनिया सी मैं अमृतसर दी ऑपर्चुनिटी सी, सैकंड मैं जलंधर दित्ती सी, इस तरह करके तुसीं अपने नियरेस्ट जो भी तुहाडे सेंटर दे कोई गवर्नमेंट कॉलेज है उत्थे तुसीं अपना लिख सकदे हो। ते उस तो बाद जो तुहाडा एडमिट कार्ड आएगा उत्थे तुहानूं तुहाडी जिहड़ी प्लेस है जिथे तुहाडा सेंटर बनिया नियरेस्ट वो शो हो जाएगा। ਇਹਦੇ ਵਿੱਚ ਨਵਜੋਤ ਕੋਈ ਇੱਦਾਂ ਦੇ ਤਾਂ ਨਹੀਂ ਹੈਗੇ ਚੱਕਰ ਵੀ ਮਿਨੀਮਮ ਜਾਂ ਮੈਕਸੀਮਮ ਸਟੂਡੈਂਟਸ ਵੀ ਇੰਨੇ ਹੀ ਸੈਂਟਰ ਦੇ ਵਿੱਚ ਪੇਪਰ ਦੇ ਸਕਦੇ ਆ, ਜਾਂ ਅਗਰ ਇੱਦਾਂ ਦਾ ਤਾਂ ਨਹੀਂ ਕੋਈ ਹੁੰਦਾ ਇਸ ਚੀਜ਼ 'ਚ? ਹਾਂਜੀ, ਇਹ ਉਹ ਸੈਂਟਰ ਵਿੱਚ ਕੈਟਾਗਰੀ ਹੁੰਦੀ ਹੈ ਜੀ ਵੀ ਇਹ ਸੈਂਟਰ ਕਿੱਡਾ ਵੱਡਾ ਹੈ ਤੇ ਇਹਦੇ 'ਚ ਕਿੰਨੇ ਸਟੂਡੈਂਟ ਦੇ ਸਕਦੇ ਆ, ਉਹ ਬੋਰਡ ਦੀ ਮਰਜ਼ੀ ਹੈ। ਇੱਕ ਇੱਕ ਸੈਂਟਰ 400 ਸਟੂਡੈਂਟ ਵਾਲਾ ਵੀ ਹੋ ਸਕਦਾ ਹੈ, 1000 ਵਾਲਾ ਵੀ ਹੋ ਸਕਦਾ ਹੈ, 10000 ਵਾਲਾ ਵੀ ਹੋ ਸਕਦਾ, ਡਿਪੈਂਡਿੰਗ ਅਪਨ ਕਪੈਸਿਟੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਮੰਨ ਲਓ ਸੈਂਟਰ ਬਣੇ, ਐਗਜ਼ਾਮਪਲ ਦੇ ਰਿਹਾ, ਤੇ ਉਹ ਸੈਂਟਰ ਦੀ ਕਪੈਸਿਟੀ ਹੈ। ओके जी, ਹੁਣ ਸੈਂਟਰ ਦੱਸੋਗੇ ਤੁਹਾਨੂੰ ਲੱਗ ਕਿਹੜੇ ਕਿਹੜੇ ਸੈਂਟਰ ਹੈਗੇ ਨੇ? ਨਹੀਂ ਜਿਵੇਂ ਅੰਮ੍ਰਿਤਸਰ ਡਿਸਟ੍ਰਿਕਟ ਭਰਦਾ ਤੁਸੀਂ ਅੰਮ੍ਰਿਤਸਰ ਵਿੱਚ ਉਹਨਾਂ ਨੇ ਜਿੰਨੇ ਵੀ ਗਵਰਨਮੈਂਟ ਕਾਲਜ ਜਿੰਨੇ ਹਾਂ ਜਾਂ ਕੋਈ ਪ੍ਰਾਈਵੇਟ ਸਕੂਲ ਹੁੰਦੇ ਨੇ ਉਹਨਾਂ ਨੂੰ ਆਪਣਾ ਜਿਹੜਾ ਵੀ ਬੋਰਡ ਸਾਡਾ ਉਹ ਜਿਹੜਾ ਨੀਟ ਬੋਰਡ ਹੈ ਉਹ ਐਗਜ਼ਾਮ ਕੰਡਕਟ ਕਰਾਉਂਦਾ, ਉਹ ਆਪਣੇ ਹਿਸਾਬ ਨਾਲ ਫਿਰ ਸਾਰੇ ਆਬਜ਼ਰਵਰ ਫਲਾਈਂਗ ਔਰ ਸਾਰੇ ਰੱਖਦਾ ਜੀ। ਤੇ ਇਹਦੇ ਵਿੱਚ ਵੀ ਨਵਜੋਤ ਕੈਟਾਗਰੀਜ਼ ਹੁੰਦੇ ਜਿਵੇਂ ਆਪਾਂ ਵੈਸੇ ਦੂਸਰੇ ਪੇਪਰਾਂ 'ਚ ਦੇਖ ਲਈਏ ਟੈਸਟ ਦੇ ਵਿੱਚ ਓ ਬੀ ਸੀ ਕੈਟਾਗਰੀ ਹੋ ਗਈ, ਬੀ ਸੀ ਕੈਟਾਗਰੀ ਹੋ ਗਈ, ਨੀਟ ਟੈਸਟ ਦੇ ਵਿੱਚ ਵੀ ਹੁੰਦੀ ਹੈ ਕੁਛ ਨੀਟ ਦੇ ਲਈ? ਹਾਂਜੀ ਬਿਲਕੁਲ, ਇੱਥੇ ਵੀ ਕੈਟਾਗਰੀਜ਼ ਹੁੰਦੀਆਂ, ਜਨਰਲ ਕੈਟਾਗਰੀ ਦੀ ਵੀ ਕਟ ਆਫ ਅਲੱਗ ਜਾਂਦੀ ਹੈ, ਓ ਬੀ ਸੀ ਦੀ ਕਟ ਆਫ ਜਿਹੜੀ ਉਹ ਅਲੱਗ ਜਾਂਦੀ ਹੈ, ਜਿਹੜੀ ਬਾਕੀ ਰਿਜ਼ਰਵ ਕੈਟਾਗਰੀਜ਼ ਉਹਨਾਂ ਦੀ ਕਟ ਆਫ ਜਿਹੜੀ ਅਲੱਗ ਜਾਂਦੀ ਹੈ। ਜਿਵੇਂ ਕਿ ਲਾਸਟ ਈਅਰ ਜਨਰਲ ਕੈਟਾਗਰੀ ਦੀ ਕਟ ਆਫ ਜਿਹੜੀ ਸੀ ਉਹ 650 ਗਈ ਸੀ, ਟੋਟਲ ਮਾਰਕਸ ਨੇ 720 ਮਾਰਕਸ ਦਾ ਜਿਹੜਾ ਟੈਸਟ ਹੁੰਦਾ ਹੈ। ਓਕੇ, ਤੇ ਲਾਸਟ ਵੀਕ ਦੀ ਕਟ ਆਫ ਜਿਹੜੀ ਸੀ ਉਹ 650 ਮਾਰਕਸ ਗਈ ਸੀ। 650 ਇਹ ਜਨਰਲ ਕੈਟਾਗਰੀ, ਹਰ ਸਟੇਟ ਦੀ ਅਲੱਗ ਅਲੱਗ ਕਟ ਆਫ ਹੁੰਦੀ ਹੈ, ਜਿਵੇਂ ਪੰਜਾਬ ਦੀ 650 ਦੇ ਲਾਗੇ ਛੱਗੇਗੀ। ਤੇ ਹਾਂਜੀ ਨਵਜੋ, ਟੋਟਲ ਸੀਟਸ ਕਿੰਨੀਆਂ ਹੁੰਦੀਆਂ ਨੇ? ਟੋਟਲ ਇਹਦਾ ਜਵਾਬ ਮੈਂ ਦਿੰਦਾ ਤੁਹਾਨੂੰ। ਹਾਂਜੀ ਹਾਂਜੀ ਸੁਨੀਲ ਜੀ, ਆਪਾਂ ਉਹਦੇ 'ਤੇ ਆ ਰਹੇ ਸੀ। ਇਸ ਤਰ੍ਹਾਂ ਕਿ ਪੰਜਾਬ ਦਾ ਇੱਕ ਆਪਣਾ ਇਹ ਤਾਂ ਹੋ ਗਿਆ ਇੰਡੀਆ ਲੈਵਲ 'ਤੇ ਟੈਸਟ, ਹਰ ਬੱਚੇ ਨੇ ਟੈਸਟ ਦਿੱਤਾ, ਇੰਡੀਆ ਲੈਵਲ 'ਤੇ ਉਹਦੀ ਰੈਂਕਿੰਗ ਹੋ ਗਈ। ਰੈਂਕਿੰਗ ਦੇ ਹਿਸਾਬ ਨਾਲ ਪੰਜਾਬ ਨੇ ਇੱਕ ਆਪਣਾ
मेडिकल कॉलेजेस जिन्हें भी मेडिकल कॉलेजेस ने प्राइवेट प्लस सरकारी यूनिवर्सिटी है बाबा फरीद यूनिवर्सिटी ओके अंडर आते हैं जो मेडिकल के जिन्हें भी कॉलेज ने चाहे वह प्राइवेट कॉलेज है सरकारी कॉलेज है फिर तुम जो नीट का पेपर तुम पास कर लो पास करने के बाद तुम प्लैन करना है कि तुम कि स्टेट के बोर्ड में मतलब अगो तुम इंटरव्यू देनी है या काउंसलिंग कहते हैं मतलब तुम पंजाब भर लिया एक तुम दिल्ली भर लिया एक तुम कर्नाटका भर लिया सो तुम उस स्टेट की काउंसलिंग अपना अपना फिर दोबारा एक रजिस्ट्रेशन करवानी पैनी है हम नवजोत पूछते हैं कि ओवली रजिस्ट्रेशन किवें होंगी है नीट पास हो गया हम पहला स्टेप से नीट पास होना नीट कोई पास फेल नहीं है उस रैंकिंग आती है रैंक नंबर आ गए उस नंबर के हिसाब से उस कॉलेज सीट मिलनी है जिम्मे मान लो कहने आप 700 नंबर इन्होंने दसे है तो उस 700 तो लैके 750 के विचकार जोड़े 25 बच्चे लखा बच्चे हो हजार बच्चे फिर उन्होंने एम्स में सीट मिलेगी जरा बिल्कुल टॉप रैंकर होगा पीजीआई सीट मिलेगी चंडीगढ़ के 32 मिलेगी या हो सरकारी जिथे भी उन्होंने कॉलेज पहला फुल हो गए फिर उस प्राइवेट कॉलेजों वाल तुरन गए बच्चे फिर उस कोटिया की वारी हैगी इसे तरह कोटे भी ने कॉलेज कोटा है कि जनरल कैटेगरी मान लो उन्होंने 300 सीटा है जनरल कैटेगरी बच्चे रख सकते हैं रिजर्व कैटेगरिया चो कि चो किन्ने किन्ने बच्चे रख सकते हैं ਇਹ ਸੁਨੀਲ ਜੀ ਹਰ ਇੱਕ ਕਾਲਜ ਦੇ ਵਿੱਚ ਅਲੱਗ ਅਲੱਗ ਹੁੰਦਾ ਨਾ ਹਰ ਇੱਕ ਕਾਲਜ ਦੇ ਵਿੱਚ ਹੋਏਗੀ ਕੈਟਾਗਰੀ ਡਿਸਾਈਡ ਕਰਦੀ ਹੈ ਸਟੇਟ ਡਿਸਾਈਡ ਕਰਦੀ ਹੈ ਜੀ ਜਿੰਨੀਆਂ ਨੰਬਰ ਆਫ ਸੀਟਾਂ ਉਹਦੇ ਵਿੱਚ ਪਰਸੈਂਟੇਜ ਹੁੰਦੀ ਹੈ ਜਿਵੇਂ ਸਾਡੇ ਐਮਪੀ ਰਹੇ ਨੇ ਰਾਮੂ ਵਾਲੀਆ ਜੀ ਰਾਮੂ ਵਾਲੀਆ ਜੀ ਨੇ ਬਿਹਾਰ 'ਚ ਜਾ ਕੇ ਕਿਸ਼ਨਗੰਜ ਬਿਲਕੁਲ ਬਾਰਡਰ ਦੇ ਉੱਤੇ ਕਾਲਜ ਖੋਲਿਆ ਉਹਦੇ ਵਿੱਚ ਸਿੱਖ ਮੈਨੋਰਟੀ ਉੱਥੇ ਸਿੱਖ ਮੈਨੋਰਟੀ ਕੈਟਾਗਰੀ 'ਚ ਆਉਂਦੀ ਹੈ ਤੇ 30% ਸੀਟਾਂ ਸਿੱਖ ਮੈਨੋਰਟੀ ਵਾਸਤੇ ਹੈਗੀਆਂ ਉਹਦੇ ਕੇਸ ਕੀ ਹੁੰਦਾ ਕਿ ਜਿਹੜੇ ਬੱਚੇ ਰਹਿ ਜਾਂਦੇ ਨੇ ਮਾੜੇ ਮੋਟੇ ਮੰਨ ਲਓ ਪੰਜਾਬ 'ਚ ਸੀਟ ਨਹੀਂ ਮਿਲਦੀ ਰੈਂਕ ਉਹਨਾਂ ਦਾ 200-250 ਤੱਕ ਵੀ ਆਉਂਦਾ ਕਈਆਂ ਦਾ ਰੈਂਕ ਤੇ ਉੱਥੇ ਰੈਂਕ ਉਹ ਸਿੱਖ ਮਿਨੋਰਟੀ ਨੂੰ ਹੀ ਮਿਲਣਾ ਤੇ ਉੱਥੇ ਉਸ ਰੈਂਕ 'ਤੇ ਸੀਟ ਮਿਲ ਜਾਂਦੀ ਹੈ ਸੋ ਥੋੜ੍ਹਾ ਜਿਹਾ ਟੈਕਨੀਕਲ ਇਸ਼ੂ ਹੈ ਅਗਲੇ ਪ੍ਰੋਗਰਾਮਾਂ 'ਚ ਇਹਦੇ ਬਾਰੇ ਹੋਰ ਡਿਟੇਲ ਕਰਾਂਗੇ ਬਟ ਨਵੀਂ ਰਜਿਸਟ੍ਰੇਸ਼ਨ ਹੁਣ ਸਟੈਪ 2 ਕੀ ਕਰਨਾ ਹੈ ਉਹ ਆਪਾਂ ਨਵਜੋਤ ਕੋ ਸਮਝਦੇ ਹਾਂ ਕਿ ਹੁਣ ਜਿਵੇਂ ਸਟੇਟ ਬੋਰਡ 'ਚ ਆਪਾਂ ਕਿਵੇਂ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਹੈ ਉਹਦੀ ਕਾਉਂਸਲਿੰਗ 'ਚ ਕੀ ਧਿਆਨ ਰੱਖਣਾ ਹੈ ਉੱਥੇ ਫਿਰ ਸਾਨੂੰ ਸੀਟ ਰਿਜ਼ਰਵ ਕਰਾਉਣ ਲਈ ਕਿੰਨੀ ਫੀਸ ਦੇਣੀ ਪੈਂਦੀ ਹੈ ਸਾਨੂੰ ਨਵਜੋਤ ਕੀ ਹੈ ਗਾਈਡ ਕਰੋ ਹਾਂਜੀ ਜਿਵੇਂ ਹੁਣ ਤੁਸੀਂ ਟੈਸਟ ਦਾ ਸੈਂਟਰ ਤੁਹਾਡਾ ਸ਼ੋਅ ਹੋ ਗਿਆ ਤੁਸੀਂ ਟੈਸਟ ਵੀ ਦੇਖਾ ਆਪਣੇ ਸੈਂਟਰ ਤੇ ਜਾ ਕੇ ਹੁਣ ਉਸ ਤੋਂ ਬਾਅਦ 1 ਮਹੀਨੇ ਬਾਅਦ ਉਹਦਾ ਰਿਜ਼ਲਟ ਆਏਗਾ ਰਿਜ਼ਲਟ ਤੋਂ ਬਾਅਦ ਤੁਹਾਨੂੰ ਜਿਹੜੀ ਮੈਂ ਵੈਬਸਾਈਟ ਦਿੱਤੀ ਅਫੀਸ਼ੀਅਲ ਵੈਬਸਾਈਟ ਉੱਥੇ ਜਾ ਕੇ ਤੁਹਾਨੂੰ ਆਪਣਾ ਇੱਕ ਆਈਡੀ ਤੇ ਪਾਸਵਰਡ ਜਿਹੜਾ ਰੋਲ ਨੰਬਰ ਤੇ ਆਪਣਾ ਪਾਸਵਰਡ ਜੋ ਕਿ ਤੁਹਾਨੂੰ ਸਾਈਡ ਵੱਲੋਂ ਹੀ ਸ਼ੋਅ ਹੋਏਗਾ ਉਹ ਤੁਸੀਂ ਉੱਥੇ ਫਿਲ ਕਰਨਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਜਿਹੜੇ ਕਾਲਜਿਸ ਦੀ ਲਿਸਟ ਹੈ ਉਹ ਉੱਥੇ ਸ਼ੋਅ ਹੋ ਜਾਏਗੀ ਉੱਥੇ ਜਾ ਕੇ ਤੁਸੀਂ ਆਪਣੇ ਜਿਹੜੇ ਨੀਅਰੈਸਟ ਕਾਲਜ ਆ ਜਿਹੜੇ ਤੁਸੀਂ ਵਿਲਿੰਗ ਹੋ ਜਿੱਥੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਉਹ ਤੁਸੀਂ ਫਿਲ ਕਰ ਦੇਣੇ ਨੇ ਤੇ ਓਲਡ ਇੰਡੀਆ ਦਾ ਵੀ ਇੱਕ ਵੱਖਰਾ ਇੱਕ ਇੰਡੀਆ ਗਵਰਨਮੈਂਟ ਨੇ ਕੀਤਾ NTA ਦੀ ਹੈਗੀ ਏਜੰਸੀ NTA ਨੈਸ਼ਨਲ ਏਜੰਸੀ ਉਹਨਾਂ ਨੇ ਇੱਕ ਇੰਡੀਆ ਦਾ ਵੀ 15% ਦਾ ਕੋਟਾ ਬਣਾਇਆ ਕਿ ਜਿਵੇਂ ਪੰਜਾਬ ਦੇ ਬੱਚੇ ਆ ਉਹ ਹੋਰ ਸਟੇਟਸ ਆ ਕੇ ਕਾਲਜ ਲੈਣਾ ਚਾਹੁੰਦੇ ਉਹਨਾਂ ਦਾ ਰੈਂਕ ਬਹੁਤ ਅੱਛਾ ਆਇਆ ਹੈ ਉਹਨਾਂ ਨੂੰ ਗਵਰਨਮੈਂਟ ਆਫਰ ਕਰਦੀ ਹੈ ਕਿ ਤੁਸੀਂ ਦਿੱਲੀ ਏਮਸ 'ਤੇ ਤੁਸੀਂ ਸੀਟ ਲੈ ਲਓ ਉਹਨਾਂ ਦਾ ਰੈਂਕਿੰਗ ਵਾਈਜ਼ ਉਹਨਾਂ ਨੂੰ ਉਹਨਾਂ ਦੇ ਕਾਲਜ ਇਸ਼ੂ ਹੋ ਜਾਂਦੇ ਨੇ ਉੱਥੇ ਅਗਰ ਤੁਹਾਡਾ ਨਾਮ ਨਹੀਂ ਹੈਗਾ ਤਾਂ ਤੁਸੀਂ ਆਪਣੀ ਸਟੇਟ ਬੋਰਡ 'ਚ ਜਾ ਕੇ ਅਪਲਾਈ ਕਰ ਸਕਦੇ ਜਿਵੇਂ ਕਿ ਪੰਜਾਬ ਦੀ ਸਟੇਟ ਬੋਰਡ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਡਰ ਆਉਂਦੇ ਸਾਰੇ ਕਾਲਜ ਤੁਸੀਂ ਉੱਥੇ ਰਜਿਸਟਰ ਕਰ ਸਕਦੇ ਹੋ ਤੇ ਹੋਰ ਸਟੇਟਸ 'ਤੇ ਵੀ ਜਿੱਥੇ ਜਿੱਥੇ ਜਿਵੇਂ ਬਿਹਾਰ 'ਚ ਜਾ ਕੇ ਵੀ ਪੰਜਾਬ ਦੇ ਜਿਵੇਂ ਦੱਸਿਆ ਉਹਨਾਂ ਨੇ ਐਡਵੋਕੇਟ ਸਰ ਨੇ ਦੱਸਿਆ ਕਿ ਬਿਹਾਰ 'ਚ ਵੀ 30% ਸੀਟਸ ਹੁੰਦੀਆਂ ਸਿੱਖ ਕੋਟੇ ਦੀਆਂ ਉੱਥੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ ਦੇਸ਼ ਦੇ ਕਿਤੇ ਵੀ ਜਾ ਕੇ ਤੁਸੀਂ ਕਰ ਸਕਦੇ ਹੋ ਆਪਾਂ ਕਿਸੇ ਵੀ ਇਹ ਇਹ ਕੈਂਡੀਡੇਟ ਦੀ ਚੁਆਇਸ ਹੈ ਕਿ ਉਹਨੇ ਜਦੋਂ ਨੀਟ ਕਲੀਅਰ ਕਰ ਲਿਆ ਉਹ ਇੰਡੀਆ ਦੇ ਕਿਸੇ ਵੀ ਕਾਲਜ 'ਚ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਜੇ ਮੰਨ ਲਓ ਬੱਚੇ ਦਾ ਜੋ ਰੈਂਕ ਹੈ ਉਸ ਰੈਂਕ ਮੁਤਾਬਕ ਉੱਥੇ ਸੀਟ ਆ ਜਾਂਦੀ ਹੈ ਫਸਟ ਕਾਉਂਸਲਿੰਗ 'ਚ ਠੀਕ ਹੈ ਨਹੀਂ ਆਉਂਦੀ ਤੇ ਉਹਨੂੰ ਸੈਕਿੰਡ ਕਾਉਂਸਲਿੰਗ ਦੀ ਪ੍ਰੋਵੀਜ਼ਨ ਵੀ ਮਿਲਦੀ ਹੈ ਜਦੋਂ ਤੁਸੀਂ ਫਾਰਮ ਭਰਦੇ ਹੋ ਉਹਦੇ ਵਿੱਚ ਲਾਸਟ ਵਿੱਚ ਇੱਕ ਆਪਸ਼ਨ ਆਉਂਦੀ ਹੈ ਡੂ ਯੂ ਵਾਂਟ ਟੂ ਅਪਗ੍ਰੇਡ ਉਹਦਾ ਮਤਲਬ ਕੀ ਹੈ ਕਿ ਕੱਲ ਨੂੰ ਤੁਹਾਡੀ ਆਪਸ਼ਨ ਖੁੱਲਦੀ ਹੈ ਕਿਸੇ ਹੋਰ ਕਾਲਜ ਤੁਹਾਨੂੰ ਮੰਨ ਲਓ ਇੱਥੇ ਕਾਉਂਸਲਿੰਗ 'ਚ ਸੀਟ ਮਿਲ ਗਈ ਹੁਣ ਇੱਥੇ ਆ ਕੇ ਥੋੜ੍ਹਾ ਜਿਹਾ ਮੈਂ ਅਟਪਟਾ ਜੀ ਗੱਲ ਕਰਨ ਲੱਗਾ ਕਿ ਹੁਣ ਤੁਸੀਂ ਮੰਨ ਲਓ ਆਲ ਇੰਡੀਆ ਲੈਵਲ ਤੇ ਸਾਡਾ ਟੈਸਟ ਲੈ ਲਿਆ ਤੇ ਜਿਹੜੇ ਬੱਚੇ ਨੇ ਮੰਨ ਲਓ
ਇਹ ਕਾਲਜ ਸਿਲੈਕਟ ਕਰ ਲਿਆ ਉਹਦੇ ਵਿੱਚ ਉਹਦੀ ਕਾਉਂਸਲਿੰਗ ਚ ਵਾਰੀ ਆ ਗਈ ਪਰ ਬੱਚਾ ਚਾਹੁੰਦਾ ਸ਼ਾਇਦ ਮੈਨੂੰ ਇਸ ਤੋਂ ਬੈਟਰ ਕਾਲਜ ਚ ਵੀ ਸੀਟ ਮਿਲ ਜੇ ਕਿਉਂਕਿ ਕੁਛ ਕਾਲਜ ਨਵੇਂ ਖੁੱਲਦੇ ਨੇ ਉਸ ਬੱਚੇ ਨੂੰ ਪਹਿਲਾਂ ਉੱਥੇ 1 ਲੱਖ ਰੁਪਿਆ ਜਾਂ 2 ਲੱਖ ਰੁਪਿਆ ਜਾਂ 3 ਲੱਖ ਰੁਪਿਆ 4 ਲੱਖ ਰੁਪਿਆ ਡਿਪੈਂਡ ਕਰਦਾ ਹੈ ਕਾਲਜ ਦੀ ਕਿੰਨੀ ਫੀਸ ਸਟਰਕਚਰ ਹੈ ਕਈਆਂ ਚ 8 ਲੱਖ ਰੁਪਿਆ ਕਈਆਂ ਚ 16 ਲੱਖ ਰੁਪਿਆ ਤੁਹਾਨੂੰ ਜਮ੍ਹਾਂ ਕਰਾਉਣਾ ਪੈਂਦਾ ਮਿਨੀਮਮ ਫੀਸ ਦਾ ਉਹ ਮਿਨੀਮਮ ਫੀਸ ਫਸਟ ਈਅਰ ਦੀ ਕਿ ਜੇ ਤੁਸੀਂ ਸੈਕਿੰਡ ਕਾਉਂਸਲਿੰਗ ਚ ਨਹੀਂ ਆਉਂਦੇ ਬੱਚੇ ਤੇ ਤੁਹਾਨੂੰ ਰਿਫੰਡ ਮਿਲ ਸਕਦਾ ਜਾਂ ਤੁਸੀਂ ਛੱਡ ਕੇ ਜਾਂਦੇ ਹੋ ਪਰ ਜੇ ਤੁਸੀਂ ਸੈਕਿੰਡ ਕਾਉਂਸਲਿੰਗ ਚ ਉਹਦੀ ਨਾ ਨਹੀਂ ਕਰਦੇ ਕਿ ਮੈਂ ਨਹੀਂ ਸੀਟ ਛੱਡੀ ਤੇ ਤੁਹਾਨੂੰ ਪੂਰੇ 5 ਸਾਲਾਂ ਦੇ ਪੈਸੇ ਜਮ੍ਹਾਂ ਕਰਾਉਣੇ ਪੈਣਗੇ ਅੰਡਰਟੇਕਿੰਗ ਹੈ ਜਿਸ ਮਾਂ ਪਿਓ ਜਿਸ ਵਿਚਾਰੇ ਮਾਂ ਪਿਓ ਕੋਲ ਪੈਸੇ ਨਹੀਂ ਹੈਗੇ ਉਹ ਆਪਣੇ ਬੱਚੇ ਨੂੰ ਮੈਡਮ ਡਾਕਟਰ ਨਹੀਂ ਬਣਾ ਸਕਦੇ ਪ੍ਰਾਈਵੇਟ ਕਾਲਜਾਂ ਦੀ ਫੀਸ 65-60 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਰੁਪਏ ਤੱਕ ਜਾਂਦੀ ਜੇ ਇਹ ਬੜੀ ਵੱਡੀ ਇੱਕ ਕਹਿ ਸਕਦੇ ਹਾਂ ਕਿ ਮਨੀ ਗੇਮ ਚੱਲ ਰਹੀ ਹੈ ਨੋ ਡਾਊਟ ਸਰਕਾਰੀ ਕਾਲਜ ਅੱਜ ਵੀ 24-25 ਹਜ਼ਾਰ ਰੁਪਏ ਸਲਾਨਾ ਤੇ ਕਰ ਰਹੇ ਨੇ ਪਰ ਉੱਥੇ ਸਿਰਫ ਟੌਪ ਰੈਂਕ ਤੇ ਐਡਮਿਸ਼ਨਾਂ ਲੈ ਲੈਂਦੇ ਨੇ ਤੇ ਉਹਨਾਂ ਨੂੰ ਹੋਸਟਲ ਵੀ ਮਿਲਦਾ ਉਹਨਾਂ ਨੂੰ ਸਭ ਕੁਝ ਮਿਲਦਾ ਬਟ ਜਿਹੜੇ ਲੋ ਰੈਂਕਰ ਬੱਚੇ ਰਹਿ ਜਾਂਦੇ ਨੇ ਉਹਨਾਂ ਵਾਸਤੇ ਡਾਕਟਰ ਬੰਨਾ ਉਹਨਾਂ ਦੇ ਮਾਂ ਪਿਓ ਨੂੰ ਖਾਲੀ ਕਰਨ ਵਾਲੀ ਗੱਲ ਹੋ ਜਾਂਦੀ ਹੈ ਜੀ ਐਵਰੇਜ ਕਾਲਜਾਂ ਦੀ ਫੀਸ ਜੀ ਸੁਨੀਲ ਜੀ ਜਿਹੜੀ ਤੁਸੀਂ ਗੱਲ ਕੀਤੀ ਸੀਟ ਦੀ ਇਹ ਉਹ ਸੀਟ ਲਈ ਸਾਨੂੰ ਜਿਹੜੀ ਰਿਜ਼ਰਵ ਕਰਨੀ ਪੈਂਦੀ ਹੈ ਸੀਟ ਜਿਹੜੀ ਸਾਨੂੰ ਮਨਪਸੰਦ ਅਸੀਂ ਕਾਲਜ ਦੇ ਵਿੱਚ ਜਾਣਾ ਹੋਵੇ ਦੇਖੋ ਜਿਵੇਂ ਮੇਰਾ ਬੱਚਾ ਸਿਲੈਕਟ ਹੋ ਗਿਆ ਮੰਨ ਲਓ ਏ ਕਾਲਜ ਇਹਦਾ ਦਿਲ ਏ ਕਾਲਜ ਹੁਣ ਸਿਲੈਕਟ ਹੋ ਗਿਆ ਮੈਂ ਆਪਣੀ ਸੀਟ ਰਿਜ਼ਰਵ ਕਰਾ ਲਾਂ ਮੈਂ ਦੂਜੇ ਕਾਲਜਾਂ 'ਚ ਵੀ ਟਰਾਈ ਕਰ ਲਾਂ ਉਸ ਤੋਂ ਕੋਈ ਬੈਟਰ ਕਾਲਜ ਵੀ ਹੋ ਸਕਦੇ ਨੇ ਉਸ ਸੀਟ ਨੂੰ ਰਿਜ਼ਰਵ ਕਰਾਉਣ ਲਈ ਵੀ 1 ਲੱਖ ਰੁਪਏ ਤੋਂ ਲੈ ਕੇ 16 ਲੱਖ ਰੁਪਿਆ ਭਰਨਾ ਪੈਂਦਾ ਡਿਪੈਂਡਿੰਗ ਅਪਾਨ ਕਾਲਜ ਕਿ ਮੇਰੀ ਸੀਟ ਨੂੰ ਪੂਰੇ ਰੱਖਿਓ ਜੇ ਮੈਨੂੰ ਕਿਤੇ ਹੋਰ ਸੀਟ ਨਾ ਮਿਲੀ ਤੇ ਮੈਂ ਵਾਪਸ ਇੱਥੇ ਆ ਜਾਊਂਗਾ ਓਕੇ ਜੇ ਤੁਸੀਂ ਵਾਪਸੀ ਨਹੀਂ ਜਾਂਦੇ ਔਰ ਇੰਟੀਮੇਟ ਵੀ ਨਹੀਂ ਕਰਦੇ ਕਿ ਮੈਂ ਸੀਟ ਛੱਡ ਰਿਹਾ ਸੈਕਿੰਡ ਕਾਉਂਸਲਿੰਗ ਦੇ ਲਈ ਤੇ ਤੁਹਾਡੇ 4 ਫੀਟ ਹੋ ਜਾਣਗੇ ਮਤਲਬ ਇਹ ਕਹਿੰਦਾ ਮੈਂ ਕਿ ਜੇ ਮੰਨ ਲਓ 4 ਕਾਲਜਾਂ 'ਚ ਬੱਚੇ ਨੇ ਐਡਮਿਸ਼ਨ ਲਈ ਮਤਲਬ ਸੀਟ ਰਿਜ਼ਰਵ ਕਰਾਈ ਆਪਣੀ ਤੇ ਵੇਖੋ ਕਿੰਨਾ ਪੈਸਾ ਉਹਨਾਂ ਨੂੰ 2 ਲੱਖ ਰੁਪਏ ਵੀ ਐਵਰੇਜ ਹੋ ਗਏ ਤੇ 8 ਲੱਖ ਰੁਪਿਆ ਤੇ ਉਹਨਾਂ ਦਾ ਉੱਥੇ ਫਸੇਗਾ ਫਿਰ ਕਿੱਥੋਂ ਨੂੰ ਛੁੱਟੇਗਾ ਪ੍ਰੋਸੈਸ ਹੈ ਦਾਦਾ ਜੀ ਨੇ ਸਪਨਾ ਲਿਆ ਉਹਦੇ ਵਾਸਤੇ ਮਿਹਨਤ ਕੀਤੀ ਬੱਚੇ ਨੂੰ ਉਹ ਟਾਈਮ ਦਿੱਤਾ ਪੜ੍ਹ ਪਾਏ ਠੀਕ ਹੈ ਜੀ ਕਈ ਪਰਿਵਾਰ ਵਿਚਾਰੇ ਉਸ ਨੌਲੇਜ ਨਹੀਂ ਰੱਖਦੇ ਉਹਨਾਂ ਨੂੰ ਇਹ ਪਤਾ ਸਾਰਾ ਰੋਜ਼ ਡਾਕਟਰ ਬਣਾਉਣਾ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਸੋ ਕਈ ਸਾਰੀਆਂ ਗੱਲਾਂ ਨੇ ਸੋ ਹੁਣ ਇਸ ਨੈਕਸਟ ਸਟੈਪ ਵੀ ਆਪਾਂ ਜਾਣਨਾ ਚਾਹਾਂਗੇ ਨਵਜੋਤ ਕੋਲੋਂ ਕਿ ਜਦੋਂ ਚਲੋ ਕਾਉਂਸਲਿੰਗ ਹੋ ਗਈ ਉਹਦੇ 'ਚ ਫਸਟ ਕਾਉਂਸਲਿੰਗ ਸੈਕਿੰਡ ਕਾਉਂਸਲਿੰਗ ਤੁਹਾਡੀ ਐਡਮਿਸ਼ਨ ਹੋ ਜਾਂਦੀ ਹੈ ਫਿਰ ਐਡਮਿਸ਼ਨ ਵੇਲੇ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਉਸ ਜਿਹੜਾ ਵੀ ਤੁਸੀਂ ਸਲੈਕਟ ਕਰ ਲਿਆ ਉੱਥੇ ਕਿਹੜੇ ਕਿਹੜੇ ਡਾਕੂਮੈਂਟ ਜਾਂ ਕੀ ਰਿਕੁਆਇਰਮੈਂਟ ਹੁੰਦੀਆਂ ਤੇ ਕਿਸ ਤਰ੍ਹਾਂ ਫਿਰ ਤੁਹਾਡੀ ਅਗਲੀ ਪੜ੍ਹਾਈ ਸ਼ੁਰੂ ਹੁੰਦੀ ਹੈ ਹਾਂਜੀ ਜਦੋਂ ਕਾਉਂਸਲਿੰਗ ਸਟਾਰਟ ਹੁੰਦੀ ਹੈ ਉਹਦੇ 3 ਸਟੈਪ ਹੁੰਦੇ ਨੇ ਫਸਟ ਰਾਊਂਡ ਸੈਕਿੰਡ ਰਾਊਂਡ ਥਰਡ ਰਾਊਂਡ ਤੇ ਫਸਟ ਰਾਊਂਡ 'ਚ ਅਗਰ ਤੁਹਾਡਾ ਕਾਲਜ ਲਿਸਟ 'ਚ ਨਾਮ ਆ ਜਾਂਦਾ ਹੈ ਤਾਂ ਤੁਸੀਂ ਉਹ ਕਾਲਜ 'ਚ ਜਾ ਕੇ ਰਿਪੋਰਟ ਕਰਨਾ ਹੈ ਤੇ ਉੱਥੇ ਜਾ ਕੇ ਰਿਪੋਰਟ ਕਰਨ ਤੋਂ ਬਾਅਦ ਤੁਸੀਂ ਉਹਨਾਂ ਦਾ ਇੱਕ ਫਾਰਮ ਹੁੰਦਾ ਹੈ ਉੱਥੇ ਫਿਲ ਕਰਨਾ ਹੈ ਤੇ ਆਪਣੀ ਕਾਲਜ 'ਚ ਸੀਟ ਜਿਹੜੀ ਹੈ ਉਹ ਸਿਲੈਕਟ ਕਰ ਲੈਣੀ ਹੈ ਅਗਰ ਤੁਹਾਡੀ ਫਸਟ ਕਾਉਂਸਲਿੰਗ 'ਚ ਵਾਰੀ ਨਹੀਂ ਆਉਂਦੀ ਤਾਂ ਤੁਸੀਂ ਸੈਕਿੰਡ ਕਾਉਂਸਲਿੰਗ ਦਾ ਇੰਤਜ਼ਾਰ ਕਰ ਸਕਦੇ ਹੋ ਬੈਟਰ ਕਾਲਜ ਮਿਲਣ ਦੇ ਚਾਂਸਿਸ ਹੁੰਦੇ ਹਨ ਤੁਸੀਂ ਸੈਕਿੰਡ ਕਾਉਂਸਲਿੰਗ ਦੇ ਵਿੱਚ ਜਾ ਕੇ ਆਪਣਾ ਨਾਮ ਵੇਖ ਸਕਦੇ ਹੋ ਅਗਰ ਤੁਹਾਡਾ ਕਿਸੇ ਕਾਲਜ 'ਚ ਨਾਮ ਆ ਜਾਂਦਾ ਹੈ ਤੁਸੀਂ ਉੱਥੇ ਜਾ ਕੇ ਰਿਪੋਰਟ ਕਰ ਸਕਦੇ ਹੋ ਤੇ ਉੱਥੇ ਆਪਣੀ ਸੀਟ ਜਿਹੜੀ ਹੈ ਰਿਜ਼ਰਵ ਕਰ ਸਕਦੇ ਹੋ ਅੱਛਾ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਨਵਜੋਤ ਤੁਸੀਂ ਵੀ ਗਏ ਸੀ ਕਾਉਂਸਲਿੰਗ ਤੁਸੀਂ ਵੀ ਦੇਖਿਓ ਕੋਈ ਸਮੱਸਿਆ ਕਿਸੇ ਚੀਜ਼ ਦੀ ਜਾਂ ਕਈ ਵਾਰ ਹਾਂਜੀ ਪਹਿਲੀ ਕਾਉਂਸਲਿੰਗ ਜਿਹੜੀ ਹੁੰਦੀ ਹੈ ਉਹ ਆਨਲਾਈਨ ਹੁੰਦੀ ਹੈ ਇਸ ਕਰਕੇ ਉਹ 'ਚ ਤਾਂ ਪਹਿਲਾਂ ਕੋਈ ਸਮੱਸਿਆ ਨਹੀਂ ਆਉਂਦੀ ਪਰ ਜਦੋਂ ਰਿਪੋਰਟਿੰਗ ਕਰਨ ਦੀ ਵਾਰੀ ਆਉਂਦੀ ਹੈ ਉਹਦੇ 'ਚ ਹੋ ਸਕਦਾ ਤੁਹਾਡਾ ਕਾਲਜ ਬਹੁਤ ਦੂਰ ਹੋਏ ਤਾਂ ਤੁਹਾਨੂੰ ਆਉਣ ਦੀ ਸਮੱਸਿਆ ਆ ਸਕਦੀ ਹੈ ਇਸ ਕਰਕੇ ਆਪਣਾ ਨੀਅਰੈਸਟ ਕਾਲਜ ਸਿਲੈਕਟ ਕਰਨਾ ਚਾਹੀਦਾ ਹੈ ਜਾਂ ਤੁਸੀਂ ਫਸਟ ਕਾਉਂਸਲਿੰਗ ਛੱਡ ਕੇ ਸੈਕਿੰਡ ਦਾ ਇੰਤਜ਼ਾਰ ਕਰ ਸਕਦੇ ਹੋ ਤੇ ਉਹ 'ਚ ਆਪਣਾ ਕਾਲਜ ਦੀ ਵੇਟ ਕਰ ਸਕਦੇ ਹੋ ਇਹਦੇ 'ਚ ਮੈਂ ਇੱਕ ਸੁਝਾਵ ਦੇਣਾ ਚਾਹੁੰਦਾ ਸਰਕਾਰ ਨੂੰ ਜੇ ਸਰਕਾਰ ਸਾਡੇ ਆਵਾਜ਼ ਸੁਣ ਰਹੀ ਹੋਵੇ ਜੇ ਆਪਾਂ ਨੀਟ ਆਨਲਾਈਨ ਲੈ ਸਕਦੇ ਹਾਂ ਫਿਰ ਫਸਟ ਕਾਉਂਸਲਿੰਗ ਤੋਂ ਪਹਿਲਾਂ ਅਸੀਂ ਆਨਲਾਈਨ ਸਭ ਕੁਝ ਕਰ ਸਕਦੇ ਹਾਂ ਤੇ ਸਾਡੇ ਕੋਲੋਂ ਯਾਨੀ ਕਿ ਬੱਚੇ ਕੋਲੋਂ 1-2 ਲੱਖ-5 ਲੱਖ ਰੁਪਏ ਦੀ ਸਿਕਿਉਰਿਟੀ ਸਾਡੀ ਸਰਕਾਰ ਰੱਖ ਲਵੇ ਠੀਕ ਉਹਨੂੰ ਇੱਕ ਮਿੱਠਾ ਸਮਾਂ ਦੇ ਦੇ
ਤੇ ਫਿਰ ਉਸ ਤੋਂ ਬਾਅਦ ਉਹਦੇ ਕੋਲ ਆਪਸ਼ਨ ਫ੍ਰੀ ਹੋਵੇ, ਉਹ ਜਿਹੜੇ ਮਰਜ਼ੀ ਕਾਲਜ ਨੂੰ ਸਿਲੈਕਟ ਕਰੇ, ਜਿਹੜੇ ਕਾਲਜ ਨੂੰ ਉਹ ਫਾਈਨਲ ਕਰੇ, ਉਹ ਆਨਲਾਈਨ ਸਾਰਾ ਕੰਮ ਕਰੇ। ਹੁਣ ਇਸ ਬੱਚੇ ਦੇ ਕੇਸ 'ਚ ਕਿਸਾਨ ਅੰਦੋਲਨ ਚੱਲ ਰਿਹਾ ਸੀ, ਜਹਾਜ਼ ਦੀਆਂ ਟਿਕਟਾਂ ਨਹੀਂ ਮਿਲੀਆਂ, ਮੈਂ ਵੀ ਨਾਲ ਗਿਆ ਸੀ ਮੈਡਮ ਬਾਈ ਕਾਰ, ਅਸੀਂ ਲੋਕ ਇੱਥੋਂ ਬਿਹਾਰ 30 ਘੰਟੇ ਲਗਾਤਾਰ ਗੱਡੀ ਚਲਾ ਕੇ ਗਏ। ਫਿਰ ਉਸ ਤੋਂ ਬਾਅਦ ਸਾਨੂੰ ਅਗਲੀ ਪ੍ਰੋਬਲਮ ਕੀ ਫੇਸ ਹੋਈ, ਅਸੀਂ ਫਸਟ ਕਾਉਂਸਲਿੰਗ ਸਾਡੀ ਹੋ ਗਈ, ਉਹਦੇ ਵਿੱਚ ਸਾਡੀ ਅਪਗ੍ਰੇਡੇਸ਼ਨ ਦੀ ਆਪਸ਼ਨ ਓਕੇ ਸੀ। ਪਹਿਲੀ ਕਾਉਂਸਲਿੰਗ 9 ਦਸੰਬਰ ਦੀ ਸੀ, ਸਾਨੂੰ 6 ਤਰੀਕ ਨੂੰ ਇੱਥੇ ਤੁਰਨਾ ਪਿਆ 30 ਘੰਟੇ ਦੀ ਡਰਾਈਵ ਕਰਕੇ, ਅਸੀਂ ਕਿੰਨਾ ਰਿਸਕ ਲੈ ਕੇ ਪਹੁੰਚੇ। 9 ਨੂੰ ਪਹਿਲੀ ਕਾਉਂਸਲਿੰਗ ਹੋ ਗਈ, ਸੈਕਿੰਡ ਕਾਉਂਸਲਿੰਗ ਦੀ ਡੇਟ 14 ਤਰੀਕ ਫਾਈਨਲ ਸੀ। ਉਹ ਬਿਹਾਰ ਬੋਰਡ ਨੇ ਉਹ ਡੇਟ ਕਿਸੇ ਟੈਕਨੀਕਲ ਇਸ਼ੂ ਕਰਕੇ ਨਹੀਂ ਉਹਨੂੰ ਐਗਜੀਕਿਊਟ ਕਰ ਪਾਏ। ਉਹ ਦੂਜੀ ਕਾਉਂਸਲਿੰਗ ਦੀ ਡੇਟ 24 ਤਰੀਕ ਨੂੰ ਜਾ ਕੇ ਹੋਈ, ਮੀਨਸ ਸਾਨੂੰ 6 ਤਰੀਕ ਤੋਂ ਲੈ ਕੇ 25-26 ਤਰੀਕ ਤੱਕ ਬਿਹਾਰ 'ਚ ਟਿਕਣਾ ਪਿਆ। ਉਹਦੇ ਦੌਰਾਨ ਸਾਡੀ ਪੰਜਾਬ 'ਚ ਵੀ ਸੀਟ ਨਿਕਲ ਆਈ, ਸਾਡੀ ਉਹਦੇ 'ਚ ਵੀ ਵਾਰੀ ਆ ਗਈ। ਸਾਨੂੰ ਹੁਣ ਉੱਧਰ ਅਸੀਂ ਪਟਨਾ ਸਾਹਿਬ ਗੁਰਦੁਆਰੇ ਬੈਠੇ ਸੀ, ਬਾਲ ਲੀਲਾ ਗੁਰਦੁਆਰੇ 'ਚ, ਮੈਨੂੰ ਅੱਜ ਵੀ ਯਾਦ ਹੈ, ਤੇ ਸਾਨੂੰ ਮੈਸੇਜ ਆਉਂਦਾ ਕਿ ਤੁਹਾਡੀ ਉੱਥੇ ਵਾਰੀ ਆ ਗਈ ਹੈ। ਮੈਂ ਕਿਹਾ ਪੁੱਤ ਕੀ ਕਰਨਾ ਦੱਸ, ਕੀ ਕਰੀਏ? ਇਹਦੇ ਪਾਪਾ ਨਾਲ ਸਲਾਹ ਕੀਤੀ, ਮੇਰੇ ਸੰਧੂ ਸਾਹਿਬ ਦਾ ਬੇਟਾ ਜੀ, ਮੈਂ ਵੀ ਦੱਸ ਦਿੰਦਾ, ਤੇ ਅਸੀਂ ਸਲਾਹ ਕੀਤੀ ਭਾਜੀ ਵੀ ਕੀ ਕਰਨਾ। ਉਹ ਕਹਿੰਦੇ ਵੀ ਇੱਦਾਂ ਕਰੋ ਜੀ, ਤੁਸੀਂ ਜਹਾਜ਼ ਲਓ, ਤੁਸੀਂ ਪਹੁੰਚੋ ਜਾ ਕੇ ਪੰਜਾਬ 'ਚ ਐਡਮਿਸ਼ਨ ਕਰਾਓ। ਹੁਣ ਜਹਾਜ਼ ਨਾ ਮਿਲ, ਕਈ ਸਾਰੀਆਂ ਹੋਰ ਦਿੱਕਤਾਂ ਆਈਆਂ, ਨੋ ਡਾਊਟ। ਕਿਸ਼ਨਗੰਜ ਵਾਲਾ ਕਾਲਜ ਵੀ ਬਹੁਤ ਸੋਹਣਾ ਲੱਗਾ ਸਾਨੂੰ, ਬਹੁਤ ਵਧੀਆ ਸਟਾਫ, ਬਹੁਤ ਵਧੀਆ ਕੋਆਪਰੇਸ਼ਨ। ਸਾਨੂੰ ਉੱਥੇ ਫੀਲ ਹੀ ਨਹੀਂ ਹੋਇਆ ਕਿ ਅਸੀਂ ਇੰਨੀ ਦੂਰ ਬੈਠੇ ਹਾਂ ਪੰਜਾਬ ਤੋਂ, ਬੜੇ ਲੋਕਾਂ ਨੇ ਸਾਨੂੰ ਇੱਜ਼ਤ ਪਿਆਰ ਦਿੱਤੀ, ਤੇ ਫਿਰ ਅਸੀਂ ਮਨ ਬਣਾਇਆ ਕਿ ਨਹੀਂ ਚਲੋ ਬੱਚੇ ਦੀ ਅਸੀਂ ਐਡਮਿਸ਼ਨ ਉੱਥੇ ਕਰਾਉਂਦੇ ਹਾਂ। ਪਰ ਸਰਕਾਰ ਅੱਗੇ ਮੇਰੀ ਇੱਕ ਬੇਨਤੀ ਹੈ ਕਿ ਨੈਸ਼ਨਲ ਲੈਵਲ ਤੇ ਸਾਰੇ ਕਾਲਜ ਲਿਮਿਟਿਡ ਨੇ, ਉਹਨਾਂ ਦੀਆਂ ਰਜਿਸਟ੍ਰੇਸ਼ਨਾਂ ਬਿਲਕੁਲ ਕਲੀਅਰ ਹੈ, ਤੇ ਆਨਲਾਈਨ 1 ਟਾਈਮ ਸਾਡੇ ਕੋਲ 1 ਲੱਖ ਰੁਪਿਆ 2 ਲੱਖ ਰੁਪਿਆ ਮਾਂ ਪਿਓ ਕੋਲ ਲੈ ਲੈਣ, ਤਾਂ ਕਿ ਕੋਈ ਛੱਡ ਕੇ ਜਾਵੇ ਤਾਂ ਉਹਦੀ ਪੈਨਲਟੀ ਹੋਵੇ, ਪਰ ਸੀਟਾਂ ਫੁੱਲ ਹੋ ਜਾਂਦੀਆਂ ਨੇ, ਤੇ ਜਦੋਂ ਉਸ ਤੋਂ ਬਾਅਦ ਸੀਟਾਂ ਫੁੱਲ ਹੋ ਜਾਣ, ਉਸ ਤੋਂ ਬਾਅਦ ਉਹਦਾ ਪੈਸਾ ਐਡਜਸਟ ਕਰਤਾ ਜਾਵੇ ਉਸੇ ਕਾਲਜ 'ਚ, ਤੇ ਵਾਰ ਵਾਰ ਉਹਨੂੰ ਜਗ੍ਹਾ ਜਗ੍ਹਾ ਤੇ ਨਾ ਜਾਣਾ ਪਵੇ। ਸੁਨੀਲ ਜੀ, ਤੁਸੀਂ ਚਲੋ, ਤੁਸੀਂ ਤੇ ਵਕੀਲ ਹੋ, ਨਾਲ ਗਏ ਸੀ, ਤੁਹਾਨੂੰ ਸਭ ਕੁਝ ਪਤਾ ਸੀ। ਹੁਣ ਜਿਹੜੇ ਵਿਚਾਰੇ ਬਿਲਕੁਲ ਇੰਨਾ ਜ਼ਿਆਦਾ ਪੜ੍ਹੇ ਨਹੀਂ ਹੈਗੇ, ਆਪਣੇ ਬੱਚੇ ਨੂੰ ਨਾਲ ਲੈ ਕੇ ਜਾਣਾ, ਉਹ ਚੀਜ਼ਾਂ ਨੂੰ ਕਿਵੇਂ ਫਿਰ ਸਮਝਣ? ਮੈਂ ਉਹੀ ਕਹਿੰਦਾ ਪਿਆ ਸਵਾਲ, ਹਾਂਜੀ ਮੈਂ ਉਹੀ ਕਹਿੰਦਾ ਪਿਆ ਕਿ ਜੇ ਆਨਲਾਈਨ ਸਭ ਕੁਝ ਹੋ ਸਕਦਾ ਹੈ, ਆਨਲਾਈਨ ਵਿੱਚ ਡੇਜ਼ ਲੰਬੇ ਕਰ ਦੇਣ, ਠੀਕ ਹੈ, ਬੱਚਾ ਆਪਣੀਆਂ ਚੀਜ਼ਾਂ ਨੂੰ ਆਨਲਾਈਨ ਕਲਿੱਕ ਕਰੇ, ਉਹ ਕਾਲਜ ਬੱਚਿਆਂ ਨਾਲ ਫਿਜ਼ੀਕਲ ਮਤਲਬ ਆਨਲਾਈਨ ਜ਼ੂਮ ਤੇ ਕਿਸੇ ਜਗ੍ਹਾ ਤੇ ਮੀਟਿੰਗਾਂ ਕਰ ਸਕਦੇ ਆ। ਫੀਸ ਸਾਡੀ ਜਾਂ ਇੱਕ ਸਿਕਿਉਰਿਟੀ ਸਾਡੀ ਪਈ ਹੈ। ਪ੍ਰੋਬਲਮ ਕਿੱਥੇ ਹੈ ਕਿ ਲੀਟ ਦਾ ਤੇ ਟੈਸਟ ਤੁਸੀਂ ਨੈਸ਼ਨਲ ਲੈਵਲ ਤੇ ਲੈ ਲਿਆ, ਉਸ ਤੋਂ ਬਾਅਦ ਤੁਸੀਂ ਸਟੇਟ ਵਾਈਜ਼ ਬੱਚੇ ਨੂੰ ਕਹਿ ਰਹੇ ਹੋ ਕਿ ਤੂੰ ਸਟੇਟ ਵਾਈਜ਼ ਅਪਲਾਈ ਕਰ, ਤੇ ਜਿਹੜੀ ਸਟੇਟ ਦੇ ਜਿਹੜੇ ਕਾਲਜ 'ਚ ਅਪਲਾਈ ਕਰਨਾ ਉੱਥੇ 2-2 ਲੱਖ 4-4 ਲੱਖ ਰੁਪਿਆ ਜਮ੍ਹਾਂ ਕਰਾ। ਐਟਲੀਸਟ ਇੱਕ ਬੱਚਾ ਜਿਹੜਾ ਲੋਅਰ ਗ੍ਰੇਡ ਤੇ ਰਹਿ ਜਾਂਦਾ ਹੈ, ਮਤਲਬ 650 ਤੋਂ ਥੱਲੇ ਬੱਚਾ, ਉਹ ਤੇ 3-4 ਥਾਵਾਂ ਤੇ ਆਪਣੀ ਸੀਟ ਰਿਜ਼ਰਵ ਕਰਾਉਣ ਦਾ ਲਾਲਚ ਰੱਖਦਾ ਹੈ ਕਿ ਮੇਰੀ ਜੇ ਇੱਥੇ ਵਾਰੀ ਨਾ ਤੇ ਉੱਥੇ ਆ ਜਾਏਗੀ, ਉੱਥੇ ਨਾ ਤੇ ਉੱਥੇ ਆ ਜਾਏਗੀ। ਲੀਜ਼ 15-20 ਲੱਖ ਰੁਪਿਆ ਤੇ ਤੁਹਾਨੂੰ ਆਪਣੀ ਸੀਟ ਰਿਜ਼ਰਵ ਲਈ ਚਾਹੀਦਾ, ਵਿਚ ਇਜ਼ ਵੈਰੀ ਟਫ। ਜਿੰਨਾ ਕੋਲ ਨਹੀਂ ਇਹਨਾਂ ਪੈਸਾ ਹੀ ਨਹੀਂ, 15 ਲੱਖ ਨਹੀਂ ਕਰ ਸਕਦੇ, ਉਹ ਕੀ ਕਰਨ? ਮੈਡਮ ਆਪਾਂ ਮੰਨੀਏ ਕਿ ਪੈਸਾ ਹੈਗਾ, ਪਹਿਲਾਂ ਤੇ ਪੈਸਾ ਦੇਣ ਲੱਗਿਆਂ ਡਰਾਫਟ ਬਣਾ ਕੇ ਲੈ ਕੇ ਜਾਓ ਜੀ, ਫਿਰ ਡਰਾਫਟ ਨਹੀਂ ਬਣਦੇ ਕਿਉਂਕਿ ਡਰਾਫਟ ਬਣਨਾ ਬੈਂਕ ਖਾਤੇ 'ਚੋਂ। ਬੈਂਕ 'ਚ ਜਾਓ, ਕਹਿੰਦਾ ਜੀ ਨਹੀਂ ਤੁਹਾਡਾ ਕੈਸ਼ ਨਹੀਂ ਲੈਣਾ, ਤੁਸੀਂ ਪਹਿਲਾਂ ਅਕਾਊਂਟ 'ਚ ਪੈਸੇ ਜਮ੍ਹਾਂ ਹੋਣਗੇ, ਹੁਣ ਤੁਹਾਡਾ ਉਸ ਥਰਡ ਪਾਰਟ ਤੁਸੀਂ ਹੋਮ ਬ੍ਰਾਂਚ 'ਚ ਗਏ, ਜੇ ਹੋਮ ਬ੍ਰਾਂਚ 'ਚ ਗਏ ਤੁਸੀਂ 49,000 ਤੋਂ ਵੱਧ ਪੈਸਾ ਨਹੀਂ ਜਮ੍ਹਾਂ ਕਰਾ ਸਕਦੇ। ਜੇ ਤੁਸੀਂ ਪੈਸਾ ਜਮ੍ਹਾਂ ਕਰਕੇ ਗਏ ਹੋ, ਕਿਸੇ ਉਹਨਾਂ ਦੀ ਸਰਵਰ ਨਹੀਂ ਚੱਲ ਰਿਹਾ, ਡਰਾਫਟ ਦੇ ਕਿਹੜਾ ਨਾਂ ਪਾਉਣਾ ਉਹ ਕਲੀਅਰ ਨਹੀਂ ਹੈ, ਬੜੀਆਂ ਸਾਰੀਆਂ ਦਿੱਕਤਾਂ ਮੈਡਮ। ਬੱਚਿਆਂ ਨੂੰ ਤੇ ਬਹੁਤ ਕੁਝ ਕਰਨਾ ਪੈਂਦਾ, ਮਾਂ ਪਿਓ ਨੂੰ ਬਹੁਤ ਕੁਝ ਕਰਨਾ ਪੈਂਦਾ। ਮੈਂ ਕਹਿੰਦਾ ਸਾਰੀਆਂ ਦਿੱਕਤਾਂ ਦਾ ਹੱਲ, ਸਾਰੇ ਪੈਸੇ ਵੀ ਭਰ ਦਿਓ ਤੇ ਰਿਫੰਡ ਨਹੀਂ, ਦੂਰ ਜਾਣਾ ਪੈਣਾ, ਰਿਫੰਡ ਕਰਦੀਆਂ ਪ੍ਰੋਪਰ ਨਹੀਂ ਹੈ, ਉਹਦੇ ਲਈ 3-3, 4-4 ਮਹੀਨੇ ਪੈਸਾ ਪਾਏ ਲੱਗਦਾ। ਯਾਨੀ ਕਿ ਮੌਕੇ ਤੇ ਜਿਸ ਵੀ ਮਾਂ ਪਿਓ ਨੇ ਪੇਡ ਸੀਟ ਲੈਣੀ ਹੈ, ਮੈਨੇਜਮੈਂਟ ਕਹਿ ਲਓ ਜਾਂ ਪੇਡ ਸੀਟ ਕਹਿ ਲਓ, ਜਿਹੜੀ 60-65 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਉਸ ਮਾਂ ਪਿਓ ਨੂੰ ਪਹਿਲੇ ਸਾਲ ਰੁਪਇਆ 30 ਲੱਖ ਰੁਪਇਆ ਆਪਣੇ ਬੱਚੇ ਲਈ ਚਾਹੀਦਾ ਕਿ 15-16 ਲੱਖ ਤੇ ਫੀਸ ਜਮ੍ਹਾਂ ਹੋਣੀ ਹੈ, ਤੇ ਬਾਕੀ ਦਾ 15 ਲੱਖ ਜਿਹੜਾ ਜਗ੍ਹਾ ਜਗ੍ਹਾ ਤੇ ਫਸਣਾ। ਬੜਾ ਬੜੀਆਂ ਦਿੱਕਤਾਂ ਨੇ ਸਾਡੀ, ਚਾਹੁੰਦੇ ਹਾਂ ਸਾਡੀ ਸਰਕਾਰ ਜਿੱਦਾਂ ਲੀਟ ਕਰਦੀ ਹੈ ਉਸੇ ਤਰ੍ਹਾਂ ਇਹਨਾਂ ਕਾਲਜਾਂ ਦਾ ਵੀ ਆਨਲਾਈਨ ਪੈਟਰਨ ਬਣਾਵੇ, ਉਹਦਾ ਵੀ ਇੱਕ ਬੋਰਡ ਬਣਾਵੇ, ਸੈਂਟਰਲ ਬੋਰਡ ਦੇ ਅੰਦਰ ਉਹਦੀਆਂ ਫੀਸ ਸਟਰਕਚਰ ਕਾਮਨ ਕਰੇ। ਮੈਂ ਕਹਿੰਦਾ ਬੱਚਿਆਂ ਨੂੰ ਏਡੇ ਵੱਡੇ ਸਾਡੇ ਅਦਾਰੇ ਨੇ ਕਈ, ਇੰਨੀਆਂ ਮਹਿੰਗੀਆਂ ਫੀਸਾਂ ਨਾਲ ਬੱਚੇ ਪੜ੍ਹਾਉਣੇ ਔਖੇ ਨੇ, ਬੱਚੇ ਦੀ ਮੈਰਿਟ ਬੇਸ ਦੀਆਂ ਫੀਸਾਂ 'ਚ ਰਿਲੈਕਸੇਸ਼ਨ ਦੇਣੀ ਚਾਹੀਦੀ ਹੈ, ਜਾਂ ਜਿਹੜੀਆਂ ਮਨਿਓਰਟੀਆਂ ਸੀਟਾਂ ਨੇ ਉਹਦੇ ਵਿੱਚ ਤੁਸੀਂ ਸਿਕਿਉਰਟੀ ਦਾ ਕੋਟਾ ਫਿਕਸ, ਉਹਦੀ ਥਾਂ 'ਤੇ ਉਹਦੀ ਮੈਰਿਟ ਦੇ ਹਿਸਾਬ ਫੀਸਾਂ ਮਾਫ਼ ਕਰੋ, ਤਾਂ ਕਿ ਉਹ ਬੱਚੇ ਵੀ ਪੜ੍ਹ ਸਕਣ। ਬਿਹਾਰ ਬੋਰਡ ਨੇ ਆਪਣੇ ਬੱਚੇ ਬੜੇ
जम्मू ने बड़े बच्चों कोटे दिते ने फीसा दे असी तुहानू पैसे देवांगे कि होर सीट मिलती है तो लै लो। सो इदां दे बड़े सारे टैक्निकल मुद्दे ने जिहड़े असी चाहुंदे आ कि साडी सरकार साडे जिहड़े वी बोर्ड ने ओह उहदे ते ध्यान देण और उहदे ते काम। ਇਹਦੇ ਵਿੱਚ ਸੁਨੀਲ ਜੀ ਫੀਸਾਂ ਨੂੰ ਲੈ ਕੇ ਵੀ ਕੁਛ ਰਾਇਤ ਹੁੰਦੀ ਹੈ, ਜਿਵੇਂ ਤੁਸੀਂ ਕੈਟਾਗਰੀ ਦੀ ਗੱਲ ਕੀਤੀ ਹੈ ਜਾਂ ਕੋਈ ਜਿਨ੍ਹਾਂ ਦੀ ਇਨਕਮ ਘੱਟ ਹੈ ਜਿਨ੍ਹਾਂ ਦੇ ਪੇਰੈਂਟਸ ਨੂੰ ਲੈ ਕੇ ਕੁਛ ਰਿਆਇਤ ਹੁੰਦੀ ਹੋਵੇ? ਸਿਰਫ ਸਰਕਾਰੀ ਕਾਲਜਾਂ ਵਿੱਚ ਤੁਹਾਡੀ ਲਿਮਿਟਿਡ ਫੀਸਾਂ ਨੇ ਜੀ, ਉਹ 24,000 ਤੋਂ ਲੈ ਕੇ 1,00,000 ਦੇ ਅੰਦਰ ਅੰਦਰ ਨੇ ਪਰ ਸਾਲ। ਪੰਜ ਸਾਲ ਹੈ, ਪੰਜ ਸਾਲਾਂ ਦੀ 5,00,000 ਰੁਪਏ ਫੀਸ ਬਣੇਗੀ, ਮੋਟੀ ਮੋਟੀ ਗੱਲ ਕਰ ਰਿਹਾ। ਪਰ ਪ੍ਰਾਈਵੇਟ ਕਾਲਜ ਜਾਂ ਪ੍ਰਾਈਵੇਟ ਮੈਨੇਜਡ ਜਿੰਨੇ ਵੀ ਕਾਲਜ ਨੇ ਉਹਨਾਂ ਦੀ 65,00,000 ਰੁਪਏ 5 ਸਾਲਾਂ ਦੀ, 60,00,000 ਰੁਪਏ 5 ਸਾਲਾਂ ਦੀ ਫੀਸ ਹੈ। ਹੋਸਟਲ ਆਣਾ ਜਾਣਾ ਮਤਲਬ 70,00,000 ਰੁਪਏ ਜੋ ਡਿਗਰੀ ਖਰਚੇ ਤੁਹਾਡੇ ਹੋਰ ਫੀਸਾਂ ਤੋਂ ਅਲੱਗ ਵੀ ਸਾਡੇ ਬਹੁਤ ਖਰਚੇ ਹੋ ਜਾਂਦੇ ਨੇ। ਆਪਾਂ ਕਾਪੀਆਂ ਫਿਰ ਉਸ ਤੋਂ ਬਾਅਦ ਕਈ ਕੁਛ ਖਰਚੇ, ਕਈ ਸਾਰੀਆਂ ਚੀਜ਼ਾਂ ਨੇ, ਐਗਜ਼ਾਮੀਨੇਸ਼ਨ ਫੀਸਾਂ ਨੇ, ਬੜਾ ਕੁਛ ਹੈ, ਬੋਦਰੇਸ਼ਨ ਹੈ, ਪਿੰਡੀ ਦੂਰ ਛੱਡਣਾ, ਸਾਰਾ ਕੁਛ ਕਰਨਾ। ਸੋ ਸਾਡੀਆਂ ਸਰਕਾਰਾਂ ਵਾਸਤੇ ਅਪੀਲ ਹੈ ਮੇਰੀ ਬਈ ਇਹਦੇ ਤੇ ਕੁਛ ਵਿਚਾਰ ਕੀਤਾ ਜਾਵੇ, ਮੈਂ ਸਿੰਗਲ ਐਂਟਰੀ ਪੁਆਇੰਟ ਬਣਾਇਆ ਜਾਵੇ ਜਿਹਦੇ ਵਿੱਚ ਜਿਹੜੇ ਏਜੰਟ ਵੀ ਬੈਠੇ ਨੇ। ਮੈਡਮ ਮੈਂ ਵੀ ਤੁਹਾਨੂੰ ਹੈਰਾਨਗੀ ਵਾਲੀ ਗੱਲ ਦੱਸ ਦਿੰਦੇ ਹਾਂ, ਪ੍ਰਾਈਵੇਟ ਏਜੰਟ ਬੈਠੇ ਉਹ ਕਹਿੰਦੇ ਜੀ ਤੁਹਾਡੇ ਬੱਚੇ ਦੀ ਨੀਟ ਪਾਸ ਹੋ ਗਈ ਹੈ, ਇੰਨਾ ਰੈਂਕ ਆਇਆ ਤੇ ਤੁਸੀਂ ਸਾਨੂੰ ਆਪਣੀ ਦੇ ਦਿਓ, ਅਸੀਂ ਤੁਹਾਡੀਆਂ ਕਾਉਂਸਲਿੰਗਾਂ ਦੇ ਫਾਰਮ ਭਰ ਦਿੰਦੇ ਹਾਂ ਆਨਲਾਈਨ ਤੇ ਇਹ ਕੁਛ ਕਰ ਦਿੰਦੇ ਹਾਂ। ਫਿਰ ਉਹ ਲੋਕ ਵੀ ਆਪਣਾ ਪੈਸਾ ਚਾਰਜ ਕਰਦੇ ਨੇ, 2-2 ਲੱਖ ਰੁਪਇਆ ਉਹ ਵੀ ਚਾਰਜ ਕਰਦੇ ਨੇ ਸਿਰਫ ਕੰਪਿਊਟਰ ਤੇ ਨਾਮ ਭਰਨ ਦਾ ਤੇ ਇਹ ਮੋਨੀਟਰ ਕਰਨ ਦਾ ਵੀ ਕਿਹਦੀ ਸੀਟ ਕਿੱਥੇ ਆ ਸਕਦੀ ਹੈ। ਇਹ ਚ ਫਰਜ਼ੀ ਸਰਟੀਫਿਕੇਟ ਵੀ ਬਹੁਤ ਨੇ ਮੈਡਮ, ਸਿਰਫ ਅਖਬਾਰਾਂ ਚ ਵੀ ਤੁਸੀਂ ਸਾਡੇ ਨਾਲ ਮਿਲੋ, ਤੁਹਾਡੇ ਬੱਚੇ ਦੀ ਐਡਮਿਸ਼ਨ ਦੇ ਪ੍ਰੋਸੈਸ ਤੇ ਕਰਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ। ਸੋ ਸਾਰੀਆਂ ਚੀਜ਼ਾਂ ਨੇ ਤੇ ਸਾਡੀ ਸਰਕਾਰ ਨੂੰ ਬਹੁਤ ਧਿਆਨ ਦੇਣਾ ਚਾਹੀਦਾ। ਅੱਜ ਦਾ ਪ੍ਰੋਗਰਾਮ ਇਸ ਲਈ ਕੀਤਾ ਕਿ ਜਿਹੜੇ NRI ਭੈਣ ਭਰਾ ਬਾਹਰ ਬੈਠੇ ਨੇ, ਪਹਿਲਾਂ ਉਹਨਾਂ ਕੋਲ ਇੱਕੋ ਹੀ ਹੁੰਦੀ ਸੀ ਕਿ ਜਾਂ ਉਹ NRI ਕੋਟਾ ਲੈਣ, NRI ਕੋਟੇ ਜੋ ਸੇ ਬੜੀਆਂ ਡਬਲ ਟ੍ਰਿਪਲ ਨੇ, ਬਟ ਉਸੇ ਕਾਰਡ ਜੇ ਤੁਸੀਂ ਬਣਾ ਲੈਂਦੇ ਹੋ ਤੁਹਾਡਾ ਬੱਚਾ ਪੜ੍ਹਨਾ ਚਾਹੁੰਦਾ ਹੈ ਇੰਡੀਆ ਜਾ ਕੇ ਮੈਡੀਕਲ ਦੀ ਡਿਗਰੀ, ਇੰਜੀਨੀਅਰਿੰਗ ਦੀ ਡਿਗਰੀ, ਕੋਈ ਵੀ ਡਿਗਰੀ ਕਰ, ਉਹਦੇ ਕੰਪੀਟੀਟਿਵ ਐਗਜ਼ਾਮ 'ਚ ਬਹਿ ਸਕਦਾ ਹੈ, ਤੇ ਜਿਹੜੀ ਇੰਡੀਆ ਦੇ ਬੱਚੇ ਦੀ ਜੋ ਫੀਸ ਹੈ, ਜੋ ਉਹਦਾ ਕ੍ਰਾਈਟੀਰੀਆ, ਉਸ ਕ੍ਰਾਈਟੀਰੀਆ ਨੂੰ ਉਹ ਇੰਜੋਏ ਕਰ ਸਕਦਾ। ਸੋ ਪ੍ਰੋਸੈਸ ਨਵਜੋਤ ਕੋਲੋਂ ਪੁੱਛਿਆ, ਹੋਰ ਕੋਈ ਸਵਾਲ ਮੈਡਮ ਜਾਂ ਕਿਸੇ ਦਰਸ਼ਕ ਨੂੰ? ਨਵਜੋਤ ਨੂੰ ਮੈਂ ਜ਼ਰੂਰ ਪੁੱਛੂੰਗੀ ਸਵਾਲ। ਨਵਜੋਤ, ਜਿਹੜੇ ਹੁਣ ਨੀਟ ਦੀ ਤਿਆਰੀ ਕਰ ਰਹੇ ਨੇ ਜਾਂ ਜਿਹੜੇ ਡਰ ਰਹੇ ਨੇ ਪਤਾ ਨਹੀਂ ਸਾਡੇ ਕੋਲੋਂ ਕਲੀਅਰ ਹੋਣਾ ਕਿ ਨਹੀਂ ਹੋਣਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਜੀ, ਜਿਹੜੇ ਵੀ ਨੀਟ ਦੀ ਪ੍ਰੈਪਰੇਸ਼ਨ ਕਰ ਰਹੇ, ਜਿਹੜੀ ਸਕੂਲਿੰਗ ਦੇ ਵਿੱਚ ਨੇ ਜਾਂ +1 +2 ਦੇ ਵਿੱਚ ਨੇ, ਉਹ ਆਪਣੀ ਸਕੂਲਿੰਗ ਦੇ ਨਾਲ ਨਾਲ ਨੀਟ ਦੀ ਪ੍ਰੈਪਰੇਸ਼ਨ ਕਰ ਰਹੇ, ਮੈਂ ਜਾਣਦਾ ਕਿ ਇਹ ਮੈਨੇਜ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਸਕੂਲਿੰਗ ਦੇ ਨਾਲ ਨਾਲ ਅਸੀਂ ਨੀਟ ਦੀ ਪ੍ਰੈਪਰੇਸ਼ਨ ਵੀ ਕਰਦੇ ਹਾਂ, ਪਰ ਸਿਲੇਬਸ ਜਿਹੜਾ ਉਹ ਦੋਨੋਂ ਦਾ ਸਿਲੇਬਸ ਸੇਮ ਹੁੰਦਾ ਹੈ, +1 +2 ਦਾ ਸਿਲੇਬਸ ਸੇਮ ਹੈ। ਅਗਰ ਅਸੀਂ ਸਕੂਲਿੰਗ ਦਾ ਸਿਲੇਬਸ ਜਿਹੜਾ ਹੈ ਉਹਨੂੰ ਚੰਗੀ ਤਰ੍ਹਾਂ ਕਰੀਏ, ਅਤੇ ਨਾਲ ਨਾਲ ਜਿਹੜੇ ਨੀਟ ਦੇ ਪਾਸਟ 10 ਈਅਰ ਕੁਐਸਚਨਸ ਹੈ, ਉਹ ਇੱਕ ਬੁੱਕ ਮਿਲਦੀ ਹੈ 10 ਈਅਰਸ ਦੀ, ਉਹ ਅਸੀਂ ਲੈ ਕੇ ਰੋਜ਼ ਥੋੜ੍ਹੇ ਥੋੜ੍ਹੇ ਕੁਐਸਚਨਸ ਦਾ ਰੋਜ਼ ਸੋਲਵ ਕਰਦੇ ਹਾਂ, ਇੱਕ ਪਰਟੀਕੁਲਰ ਟਾਈਮ 'ਤੇ ਰੋਜ਼ ਸੋਲਵ ਕਰਾਂਗੇ, ਅਤੇ ਮੈਨੂੰ ਨਹੀਂ ਲੱਗਦਾ ਕਿ ਨੀਟ ਦਾ ਟੈਸਟ ਤੁਸੀਂ ਕਰੋਸ ਨਹੀਂ ਕਰ ਪਾਓਗੇ। ਇੱਕ ਵਿਦਿਆਰਥੀ ਹੋਣ ਦੇ ਨਾਤੇ ਨਵਜੋਤ, ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿ ਜਿਹੜੇ ਹੁਣ ਮੈਡੀਕਲ ਸਿੱਖਿਆ ਦੇ ਵਿੱਚ ਜਿਹੜੇ ਵਿਚਾਰੇ ਗਰੀਬ ਨੇ ਨਹੀਂ ਪੜ੍ਹ ਸਕਦੇ, ਕਿਉਂਕਿ MBBS ਬਣਨ ਦਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਨਾ, ਸੁਪਨੇ ਕਹਿੰਦੇ ਜਦੋਂ ਗਰੀਬੀ ਦੇ ਹੇਠਾਂ ਦੱਬ ਜਾਂਦੇ ਨੇ ਫਿਰ ਉਹ ਵਿਚਾਰੇ ਕੀ ਕਰਨ? ਕੁਛ ਇੱਕ ਵਿਦਿਆਰਥੀ ਦੇ ਤੌਰ 'ਤੇ ਤੁਸੀਂ ਅਪੀਲ ਕਰਨਾ ਚਾਹੋਗੇ ਕਿ ਮੈਡੀਕਲ ਸਿੱਖਿਆ ਦੇ ਵਿੱਚ ਕੁਛ ਸਰਕਾਰ ਉਹਨਾਂ ਦੀ ਵੀ ਸਹਾਇਤਾ ਕਰੇ, ਉਹ ਵੀ ਆਪਣੇ ਸੁਪਨੇ ਪੂਰੇ ਕਰ ਸਕਣ? ਹਾਂਜੀ, ਇਹ ਮੈਡੀਕਲ ਦਾ ਸੁਪਨਾ ਜਿਹੜਾ ਹੈ ਉਹ ਬਹੁਤ ਹੀ ਵਧੀਆ ਸੁਪਨਾ, ਮਤਲਬ ਕਿ ਅਗਰ ਤੁਹਾਨੂੰ ਡਾਕਟਰ ਬਣਨ ਦਾ ਜਾਂ ਕੋਈ ਮੈਡੀਕਲ ਲਾਈਨ ਜੁਆਇਨ ਕਰਨ ਦਾ ਸੁਪਨਾ ਹੈ ਤਾਂ ਉਹਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀ ਕਾਲਜਿਸ ਦੀ ਫੀਸ ਹੈ ਉਹ ਬਿਲਕੁਲ ਘਟਾ ਕੇ ਜਿਹੜਾ ਕਿ ਬੱਚਾ ਅਫੋਰਡ ਕਰ ਸਕੇ, ਕਿਉਂਕਿ ਕਰੋਨਾ ਦਾ ਟਾਈਮ ਚੱਲ ਰਿਹਾ ਅਤੇ ਤੁਹਾਨੂੰ ਵੀ ਪਤਾ ਕਿ ਡਾਕਟਰ ਦੀ ਕਿੰਨੀ ਜ਼ਰੂਰਤ ਹੈ। ਅਤੇ ਇਸ ਕਰਕੇ ਮੈਂ ਹੀ ਅਪੀਲ ਕਰਦਾ ਕਿ ਜਿਹੜੀ ਕਾਲਜਿਸ ਦੀ ਫੀਸ ਹੈ ਉਹਨੂੰ ਅਫੋਰਡੇਬਲ ਬਣਾਇਆ ਜਾਏ, ਤਾਂ ਕਿ ਜਿਹਨਾਂ ਦਾ ਵੀ ਮੈਡੀਕਲ 'ਚ ਡਾਕਟਰ ਬਣਨ ਦਾ ਸੁਪਨਾ ਹੈ ਜਾਂ ਆਪਣਾ ਅੱਗੇ ਇਸ ਲਾਈਨ ਦੇ ਵਿੱਚ ਆਉਣ ਦਾ ਸੁਪਨਾ ਹੈ, ਉਹ ਉਸਨੂੰ ਸਾਕਾਰ ਕਰ ਸਕਣ। ਸੁਨੀਲ ਜੀ, ਵਕੀਲ ਹੋਰ ਦੇ ਨਾਤੇ ਤੁਹਾਡਾ ਕੇਸ ਸੰਬੰਧੀ ਕੀ ਰਾਏ ਹੈ? ਮੈਡਮ, ਮੈਂ ਤੇ ਇਹ ਕਹਿੰਦਾ ਕਿ ਜਿੰਨੀ ਵੀ ਐਜੂਕੇਸ਼ਨ ਹੋਣੀ ਚਾਹੀਦੀ ਨਾ ਘੱਟੋ ਘੱਟ ਇੰਡੀਆ 'ਚ, ਉਹ ਮੈਰਿਟ ਬੇਸ 'ਤੇ ਹੋਣੀ ਚਾਹੀਦੀ, ਕੋਟਾ ਬੇਸ ਨਹੀਂ ਹੋਣੀ ਚਾਹੀਦੀ, ਨੰਬਰ 1, ਔਰ ਨੰਬਰ 2 ਉਹ ਟੋਟਲੀ ਫ੍ਰੀ ਹੋਣੀ ਚਾਹੀਦੀ ਹੈ। ਲਾਦੋ ਟੈਕਸ, ਐਜੂਕੇਸ਼ਨ ਟੈਕਸ, ਕਿ ਜਿਹੜਾ ਬੱਚਾ ਮੈਡੀਕਲ ਕਾਲਜ ਰਹੇਗਾ ਉਹਨੂੰ ਫੀਸ ਮੈਡੀਕਲ ਕਾਲਜ ਵੱਲੋਂ ਮਿਲੇਗੀ, ਮਤਲਬ ਸਰਕਾਰ ਵੱਲੋਂ ਮਿਲੇਗੀ, ਰਾਈਟ ਟੂ ਐਜੂਕੇਸ਼ਨ ਹੈਗਾ।
ਅੱਜ ਕਰੋਨਾ ਕਾਲ 'ਚ ਡਾਕਟਰਾਂ ਦੀ ਕਿੰਨੀ ਵੈਲਿਊ ਪਈ ਹੈ ਤੁਸੀਂ ਆਪ ਸੋਚ ਸਕਦੇ ਹੋ, ਇੰਜੀਨੀਅਰਿੰਗ ਸਟਾਫ ਦੀ ਕਿੰਨੀ ਵੈਲਿਊ ਪਈ ਹੈ, ਜੇ ਤੁਹਾਡੀ ਐਂਬੂਲੈਂਸ ਸਟਾਰਟ ਨਹੀਂ ਹੋਏਗੀ ਤੇ ਤੁਸੀਂ ਮਰੀਜ਼ ਲੈ ਕੇ ਦੂਜੀ ਜਗ੍ਹਾ ਕਿੱਥੇ ਜਾ ਸਕਦੇ ਹੋ? ਜਿੰਨੇ ਵੀ ਟੈਕਨੀਕਲ ਡਿਗਰੀਜ਼ ਨੇ, ਚਾਹੇ ਉਹ ਮੈਡੀਕਲ ਹੈ ਇੰਜੀਨੀਅਰਿੰਗ ਹੈ, ਕੋਈ ਵੀ ਘੱਟ ਨਹੀਂ, ਇਹ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੀਆਂ ਨੇ। ਜੇ ਇੰਜੀਨੀਅਰਿੰਗ ਡਿਗਰੀ ਵਾਲਾ ਬੰਦਾ ਉਹ ਬਾਂਹ ਦੀ ਪਲੇਟ ਬਣਾਏਗਾ ਹੀ ਨਹੀਂ ਤੇ ਬਾਂਹ 'ਚ ਪਲੇਟ ਪਾਓਗੇ ਕਿਹਦੀ? ਸੋ ਇਹੋ ਜਿਹੀ ਐਜੂਕੇਸ਼ਨ ਮੇਰੇ ਹਿਸਾਬ ਨਾਲ ਇਹਦੇ 'ਚ ਕੋਟਾ ਖਤਮ ਕਰਕੇ, ਇਹਦੇ 'ਚ ਅਮੀਰੀ ਗਰੀਬੀ ਵਾਲਾ ਕੋਟਾ, ਜਿਹੜਾ ਅਫੋਰਡ ਕਰ ਸਕਦਾ ਦੇ ਦੇ, ਜਿਹੜਾ ਨਹੀਂ ਅਫੋਰਡ ਕਰ ਸਕਦਾ ਆਪਦੀਆਂ 5 ਸਾਲ ਦੀਆਂ ਬੈਲੈਂਸ ਸ਼ੀਟਾਂ, ਹੋਰ ਬੜਾ ਕੁਛ ਅੱਜ ਕੱਲ੍ਹ ਦੇਣ ਲਾਇਕ ਹੈਗਾ। ਤੇ ਐਜੂਕੇਸ਼ਨ ਮੇਰੇ ਹਿਸਾਬ ਨਾਲ ਟੋਟਲੀ ਫ੍ਰੀ ਹੋਣੀ ਚਾਹੀਦੀ ਹੈ। ਮੈਂ ਨਾ ਹਾਲੇ ਤੇ MBBS ਦੀ ਗੱਲ ਕੀਤੀ ਹੈ ਕਿ 65 ਲੱਖ ਤੋਂ ਸਟਾਰਟ ਹੈ ਪੇਡ ਕਾਲਜਾਂ 'ਚ। ਜੇ ਮੈਂ ਤੁਹਾਨੂੰ ਉਸ ਤੋਂ ਅੱਗੇ MD ਦੀ ਗੱਲ ਕਰ ਦੇਵਾਂ ਤੇ 2 ਕਰੋੜ ਰੁਪਇਆ ਲੱਗਦਾ, ਜੇ 3 ਕਰੋੜ ਰੁਪਇਆ ਲਾ ਕੇ, ਮਿਨੀਮਮ 3 ਕਰੋੜ ਰੁਪਇਆ ਲਾ ਕੇ ਜਿਹਨੂੰ ਡਾਕਟਰ ਬਣਾਓਗੇ, ਉਹ ਕਿਉਂ ਨੀ 3000 ਰੁਪਇਆ ਵਿਜ਼ਿਟਿੰਗ ਫੀਸ ਰੱਖੇਗਾ ਵਿਚਾਰਾ? ਉਹਨੇ ਵੀ ਆਪਣਾ ਪੈਸਾ ਪੂਰਾ ਕਰਨਾ, ਫਿਰ ਉਸ ਤੋਂ ਬਾਅਦ ਜੇ ਹੋਸਪਿਟਲ ਬਣਾਉਣਾ ਜਾਂ ਕਲੀਨਿਕ ਬਣਾਉਣਾ ਹੈ, ਫਿਰ ਉਹਦੇ 'ਤੇ ਅੱਗੋਂ ਬੜੀਆਂ ਸਾਰੀਆਂ ਰਿਸਟ੍ਰਿਕਸ਼ਨ ਔਰ ਬੜਾ ਸਾਰਾ ਕੁਛ ਹੈ। ਸੋ ਕਹਿਣ ਦਾ ਭਾਵ ਹੈ ਕਿ ਜੇ ਐਜੂਕੇਸ਼ਨ ਜਿੰਨੀ ਮਹਿੰਗੀ ਹੁੰਦੀ ਜਾਏਗੀ, ਅਲਟੀਮੇਟਲੀ ਬੋਝ ਉਹ ਇਨਡਾਇਰੈਕਟਲੀ ਸੁਸਾਇਟੀ ਦੇ ਉੱਤੇ ਹੀ ਆਉਣਾ, ਤੁਹਾਡੇ ਮੇਰੇ ਉੱਪਰ ਹੀ ਆਉਣਾ, ਤੇ ਕਿਉਂ ਨਾ ਆਪਾਂ ਉਹਦਾ ਟੈਕਸ ਦੇ ਦਈਏ, ਕਲੈਕਟਿਵ ਟੈਕਸ ਚਲਾ ਜਾਵੇ, ਉਹਦੇ 'ਚ ਬੱਚੇ ਪੜ੍ਹ ਲੈਣ, ਟੋਟਲੀ ਫ੍ਰੀ ਪੜ੍ਹ ਲੈਣ, ਕੀ ਪ੍ਰੋਬਲਮ ਹੈ? ਮੈਡੀਕਲ ਆਪਣੀ ਗੱਲ, ਹਾਂਜੀ ਹਾਂਜੀ, ਉਹਦੇ ਵਿੱਚ ਕੀ ਹੈ ਕਿ ਜਿਹੜੇ ਪ੍ਰਾਈਵੇਟ ਕਾਲਜ ਨੇ ਉਹ ਅੱਜ ਕੱਲ ਨੋ ਡਾਊਟ ਮੈਂ ਕਹੂੰਗਾ ਕਿ ਉਹ ਸ਼ੋਪਿੰਗ ਮਾਲ ਬਣ ਚੁੱਕੇ ਨੇ। ਐਸੇ ਐਸੇ ਮਤਲਬ ਲਾਅ ਦੇ ਵੀ ਮੈਂ ਕਾਲਜ ਦੇਖੇ ਮੈਡਮ ਕਿ 10-10 ਲੱਖ ਸਾਲ ਦੀ ਫੀਸ ਲੈ ਰਹੇ ਨੇ, ਪਰ ਮੈਨੂੰ ਬਿਲਕੁਲ। ਸੁਨੀਲ ਜੀ, ਅਸੀਂ ਦੇਖਦੇ ਨਾ ਮੈਡੀਕਲ ਦੀਆਂ, ਨਵਜੋਤ ਨੇ ਵੀ ਮੈਡੀਕਲ ਦੀ, ਮੇਰੀ ਬੇਟੀ ਨਰਸਰੀ ਚ ਹੈ, ਮੈਂ ਕਿਹਾ ਦੂਰ ਨਾ ਜਾਓ, ਮੇਰੀ ਬੇਟੀ ਨਰਸਰੀ ਚ ਹੈ, 8000 ਰੁਪਏ ਮਹੀਨਾ ਫੀਸ ਹੈ, 96000 ਰੁਪਏ ਸਾਲ ਦਾ ਹੈ, ਜਸਟੀਫਾਈਡ 12 ਸਾਲਾਂ 'ਚ 12 ਲੱਖ ਰੁਪਈਆ ਤੇ ਮੈਂ ਬੱਚੇ ਤੇ ਖਰਚ ਦੇਣਾ। ਇੱਕ ਸਮਾਂ ਸੁਨੀਲ ਜੀ ਹੁੰਦਾ ਸੀ ਕਹਿੰਦੇ ਵਿਦਿਆ ਨੂੰ ਮੁਫਤ ਵੰਡੋ ਕਿਉਂਕਿ ਸਿੱਖਿਆ ਦਿੰਦੇ ਕਿਸੇ ਨੂੰ, ਅੱਜ ਤਾਂ ਮੇਰਾ ਦਾ ਵਿਦਿਆ ਕਰੋੜਾਂ 'ਚ ਜਾ ਰਹੀ ਹੈ। ਕਰੋੜਾਂ 'ਚ ਜਾ ਰਹੀ ਹੈ ਮੈਡਮ, ਮੈਂ ਦੱਸ ਰਿਹਾ ਕਿ ਜਦੋਂ ਮੈਂ ਆਪਣੀ ਬੱਚੀ ਨੂੰ, ਮੈਨੂੰ ਲੱਗਦਾ ਕਿ ਮੈਂ ਉਹਨੂੰ ਕੋਈ ਵਕੀਲ, ਡਾਕਟਰ, ਇੰਜੀਨੀਅਰ ਜੋ ਵੀ ਉਹ ਬਣਨਾ ਚਾਹੀਦੀ, ਮੈਂ ਕਦੀ ਥੋਪਣਾ ਨਹੀਂ, ਪਰ ਮੈਨੂੰ ਤੇ 2-3 ਕਰੋੜ ਰੁਪਇਆ ਉਹਦੇ ਲਈ ਕਮਾਉਣਾ ਪੈਣਾ, ਤੇ ਵਿਆਹ ਤੇ ਮੈਂ ਕੀ ਕਰਾਂਗਾ? 3 ਕਰੋੜ ਰੁਪਇਆ ਲਾ ਕੇ ਮੈਂ ਬੱਚੇ ਨੂੰ ਖੜਾ ਕਰਨਾ, ਉਹ ਵੀ ਉਹ 0 ਲੈਵਲ ਤੇ ਆਉਣਾ, ਉਸ ਤੋਂ ਬਾਅਦ ਉਹਨੂੰ ਖੜਾ ਕਰਨ ਲਈ ਹੋਰ ਪੈਸੇ ਚਾਹੀਦੇ, ਇਹਨੇ ਪੈਸੇ ਮੇਰੇ ਕੋਲ ਵੀ ਨਹੀਂ ਹੈਗੇ। ਵਕੀਲ ਸਾਹਿਬ, ਮੈਂ ਕਹਿੰਦੇ ਆਪਾਂ ਪਲੱਸ 2 ਦੀ ਇੰਜੀਨੀਅਰਿੰਗ ਦੀ ਫੀਸ 150 ਰੁਪਏ ਇੰਜੀਨੀਅਰਿੰਗ ਦੀ ਫੀਸ ਦੇ ਕੇ ਪੜੇ ਹੋਏ ਸੀ, ਸਾਲ ਦੀ 750 ਰੁਪਏ ਫੀਸ ਹੁੰਦੀ ਸੀ, ਬਹੁਤ ਜ਼ਿਆਦਾ ਲੱਗਦੀ ਸੀ ਉਹ ਵੀ, ਪਰ ਮਾਂ ਪਿਓ ਨੇ ਖਰਚੀ ਹੈ ਸਾਡੇ ਲਈ, ਬਟ ਅੱਜ ਕੱਲ ਤੇ ਲੱਖਾਂ ਕਰੋੜਾਂ ਤੋਂ ਘੱਟ ਗੱਲ ਹੀ ਨਹੀਂ ਹੋ ਪਾ ਰਹੀ। ਅੱਗੇ ਟਿਊਸ਼ਨਾਂ ਦੇ ਖਰਚੇ ਉਹ ਅਲੱਗ ਨੇ, ਮੈਂ ਕਹਿੰਦੀ ਜਦੋਂ ਹੁਣ ਨਵਜੋਤ ਨੇ ਵੀ +1 +2 ਚ ਮੈਡੀਕਲ ਸਬਜੈਕਟ ਸੀ, ਟਿਊਸ਼ਨਾਂ ਰੱਖੀਆਂ ਹੋਣਗੀਆਂ, ਤੇ ਕਿੰਨੇ ਕਿੰਨੇ ਤਾਂ ਟਿਊਸ਼ਨਾਂ ਦੇ ਲੱਗ ਜਾਂਦੇ ਨੇ, ਕਾਲਜਾਂ ਦੀ ਫੀਸ ਦੇਵੇ ਬੰਦਾ ਕਿ ਟਿਊਸ਼ਨਾਂ ਦੀ ਫੀਸ ਦੇਵੇ ਕਿ ਬਾਕੀ ਖਰਚਾ ਚੱਕੇ? ਮੈਡਮ ਉਹ ਵੀ ਸਾਰੇ 'ਚ ਕੁਛ ਮੈਨੇਜ ਹੋ ਸਕਦਾ, ਆਪਣੇ ਬੱਚੇ ਨੂੰ ਤੁਸੀਂ ਮੋਟਰਸਾਈਕਲ ਦੇ ਨਹੀਂ ਸਕਦੇ ਕਿਉਂਕਿ ਉਹ ਨਾਬਾਲਗ ਹੈ, ਗੱਡੀ ਡਰਾਈਵਰ ਨੂੰ ਦੇਣਾ ਪਏਗਾ, ਉਹਦੀ ਕੋਸਟ ਕੈਲਕੂਲੇਟ ਕਰ ਲਓ, ਸਵੇਰ ਤੋਂ ਪਹਿਲਾਂ ਕਾਲਜ ਜਾਣਾ, ਫਿਰ ਉਸ ਤੋਂ ਬਾਅਦ ਅੱਗੇ ਟਿਊਸ਼ਨ ਜਾਣਾ, ਫਿਰ ਉਸ ਤੋਂ ਬਾਅਦ ਘਰ ਵੀ ਆਉਣਾ, ਫਿਰ ਅਗਲੀ ਟਿਊਸ਼ਨ ਜਾਣਾ, ਓਵਰ ਹੈਡ ਤੁਹਾਨੂੰ ਇੱਕ ਗੱਡੀ, ਇੱਕ ਡਰਾਈਵਰ, ਇੱਕ ਉਹਦਾ ਬੰਦਾ, ਮਤਲਬ ਪੂਰੀ ਚੀਜ਼ਾਂ, ਜਾਂ ਮਾਂ ਵਿਚਾਰੀ ਪੀਅਨ ਬਣਦੀ ਹੈ ਉਸ ਵਿੱਚ, ਲੈ ਲੈ ਕੇ ਤੁਸੀਂ ਬਾਹਰ ਵਿਚਾਰੀ ਬੈਠੀ ਰਹੇਗੀ ਜਦ ਤੱਕ ਬੱਚਾ ਪੜ੍ਹ ਕੇ ਨਹੀਂ ਬਾਹਰ ਅੰਦਰੋਂ ਬਾਹਰ ਆ ਰਿਹਾ। ਸੋ ਚਲੋ, ਨਵਜੋਤ ਇੱਕ ਅੱਛਾ ਸਟੂਡੈਂਟ ਸੀ, ਇੰਨੇ ਇੰਟੈਲੀਜੈਂਟ ਸੀ, ਇੰਨੇ ਘਰ 'ਚ ਮਿਹਨਤ ਕੀਤੀ, ਇਹਦੇ ਨਾਨਾ ਜੀ ਫਾਰਮਾਸਿਸਟ ਨੇ, ਉਹਨਾਂ ਦਾ ਸੁਪਨਾ ਸੀ, ਇਹਦੇ ਦਾਦਾ ਜੀ ਉਹਨਾਂ ਦਾ ਆਰਾ ਆਪਣਾ, ਉਹਨਾਂ ਦਾ ਬੜਾ ਸੁਪਨਾ ਸੀ ਵੀ ਪੁੱਤ ਡਾਕਟਰ ਬਣਾਉਣਾ ਤੈਨੂੰ, ਉਹ ਬਚਪਨ ਤੋਂ ਇਹਨੂੰ ਕਹਿੰਦੇ ਹੁੰਦੇ ਸੀ, ਇਹਦੇ ਮੰਮੀ, ਇਹਦੇ ਪਾਪਾ, ਔਰ ਐਫਰਟ ਕੀਤੀ ਸਾਰਿਆਂ ਨੇ ਰਲ ਕੇ, ਚਲੋ ਮਦਦ ਕੀਤੀ ਇੱਕ ਦੂਜੇ ਨੇ, ਸਾਰੇ ਪਰਿਵਾਰ ਨੇ ਰਲ ਮਿਲ ਕੇ, ਤੇ ਐਡਮਿਸ਼ਨ ਦਵਾ ਸਕੇ ਆ। ਅੱਗੋਂ ਮੈਡੀਕਲ ਖੇਤਰ ਦੇ ਵਿੱਚ ਇਹਨਾਂ ਦੇ ਪਰਿਵਾਰ ਸੀਗਾ ਪਹਿਲਾਂ, ਤਾਂ ਹੀ ਥੋੜਾ ਜਿਹਾ ਇਹਨਾਂ ਨੇ ਵੀ ਸੋਚਿਆ ਚਲ MBBS ਬਣਾਈਏ ਬੱਚੇ ਨੂੰ। ਹਾਂਜੀ, ਸਪਨਾ ਦੇਖੋ ਜੀ, ਯਾਰ ਮਾਂ ਪਿਓ ਦਾ ਸੁਪਨਾ ਹੁੰਦਾ ਸੀ ਕਿ ਡਾਕਟਰ ਬਣੇ, ਜਾਂ ਪਰਿਵਾਰ ਦਾ ਨਾਮ ਸਰ, ਇੱਕ ਜਨਰਲ ਜਿਹਾ ਸਵਾਲ ਹੈ, ਮੈਂ ਵੈਸੇ ਹੀ ਤੁਹਾਨੂੰ ਕਰ ਲੈਣੀ ਤੁਹਾਨੂੰ, ਇੱਕ ਨਾ ਕਹਾਵਤ ਆ ਕਹਿੰਦੇ ਵਕੀਲ ਦਾ ਬੱਚਾ ਵਕੀਲ ਹੀ ਬਣਦਾ ਤੇ ਡਾਕਟਰ ਦਾ ਬੱਚਾ ਡਾਕਟਰ ਹੀ ਬਣਦਾ, ਕੀ ਇਹ ਸਹੀ ਹੈ? ਨਹੀਂ ਮੈਡਮ, ਅੱਜ ਕੱਲ ਉਹ ਨਹੀਂ ਰਹੀ, ਬਟ ਜੇ ਇਦਾਂ ਹੋਵੇ ਤੇ ਬਹੁਤ ਚੰਗੀ ਗੱਲ ਹੈ, ਜਾਂ ਤੇ ਜਾਂ ਉਹ ਜ਼ਰੂਰ ਬਣੇ ਜੋ ਉਹਦਾ ਫਾਦਰ ਜਾਂ ਉਹਦਾ ਪੇਰੈਂਟਲ ਕੰਮ ਹੈ। ਰੀਜ਼ਨ ਹੈ ਕਿ ਨਵਾਂ ਕੰਮ ਖੋਲੇਗਾ ਤੇ ਉਹਨੂੰ ਇੰਨੀ ਕੁ ਮਿਹਨਤ ਕਰਕੇ ਵਧਣਾ ਪਏਗਾ ਕਿ ਪੁੱਛੋ ਹੀ ਕੁਛ ਨਾ, ਉਹਦੀ ਉਹ ਆਪਣੀ ਪੀੜ੍ਹੀ ਤੇ ਉਹਦਾ ਫਾਇਦਾ ਵੀ ਚੁੱਕ ਸਕੇਗਾ, ਸੈਕਿੰਡ ਪੀੜ੍ਹੀ ਹਮੇਸ਼ਾ ਫਾਇਦਾ ਲੈਂਦੀ। ਸੋ ਸਾਰੇ ਅਫਰੀਕਾ ਚ ਕਰੇ ਜੋ ਫਾਲੋ ਕਰ ਰਹੇ ਨੇ, ਬਿਲਕੁਲ ਕੈਰੀ ਫਾਰਵਰਡ ਕਰੇ, ਜਾਂ ਉਸ ਤੋਂ ਉੱਪਰ ਨਹੀਂ ਲੈ ਕੇ ਜਾਵੇ, ਸਟੈਪ ਉੱਪਰ ਜਾਵੇ, ਤਰੱਕੀ ਕਰੇ, ਇਹਦੇ ਦਾਦੇ ਪੋਜ਼ਿਟਿਵ ਇੰਨੀ ਕੁ ਪੋਜ਼ਿਟਿਵ ਹੈ ਕਿ ਉਹ ਹਰ ਕੋਈ ਪਤਾ ਹੈ, ਬੇਟਾ ਜਦੋਂ ਵੀ
काम करना है, चंगा काम करो, उच्चा काम करो, समाज च कदर पवे। कभी एहो जिहा काम करो कि जिहड़ा दुनिया तो या समाज तो नजरां झुकानिया पैण। इज्जतदार काम इह जिहड़ा वी साडे वी पॉजिटिव है उहनां नूं वी लवांगे लाइव आप, उहनां कोल विचार बिल्कुल वेरी गुड। साइकिल ते उन्होंने अपनी जिंदगी शुरू की है जी, मैं पूरे परिवार नु जानदा ते तरखान फैमिली नु बिलोंग करदे ने परिवार, ते उत्थों शुरुआत करके एक बच्चे नु डॉक्टर बना लेना, अपनी पीढ़ी ही बदल देनी। मैं कहना सलूट है टू नाना जी नाना जी नु कि जिन्होंने इन्नी मेहनत की और इन्होंने बच्चों ने यानी कि पापा मम्मी ने उस मेहनत नु उस कदर नु नाल नाल अगे वधाया जी। ते नवजोत नु भी सलूट है, नवजोत ने उन्हां दे जिहड़े सुपने उन्हां नु साकार कीता ना, बूर पाया जिहड़े उन्हां दे सुपने सीगे। बिल्कुल हुण समां वी आपां नूं ज्यादा इजाजत नहीं दिंदा, तो मैं सोच कहूंगी कि अगले वार असीं कुछ होर नवां जिहा टॉपिक लैके दर्शकां दे रूबरू होईए। दर्शकां दा अपील है कि जिहड़ा वी तुहाडे दिल कोई सवाल होवे दस्या करो, साडे साडी टॉप चैनल दी टॉप मैनेजमेंट दा ए लीगल शो स्थान दा इक्को परपज है कि एजेंटा तो बचो, गलत बंदे तो बचो, सही सूचना दो, सही इंफॉर्मेशन दो, और ओहदे ते इंप्लीमेंटेशन करो। नवजोत नूं इक वार असीं फिर वधाई दे दईए, एमबीबीएस स्टूडेंट बन गए ते जल तुसीं डॉक्टर बनो, ते जिवें सुनील जी ने कहा है ना असीं लोड़वंदां दी मदद करी, हालांकि चलो जिन्हां कोल हैगा उहनां तों तां लैणा ही आपां, पर असीं लोड़वंदां दी वी असीं गरीबां दी वी मदद करीए जदों जिन्हां नूं लोड़ हैगी है। सुनील जी बहुत बहुत धन्नवाद। ਹਾਂਜੀ ਹਾਂਜੀ ਬਾਬਾ ਨਾਨਕ ਜੀ ਨੇ ਸਾਨੂੰ ਲੰਗਰ ਲਾਉਣ ਦੀ ਪ੍ਰਥਾ ਦਿੱਤੀ ਹੈ, ਅਸੀਂ ਉਹਨੂੰ ਬਰਕਰਾਰ ਰੱਖਾਂਗੇ। ਮੈਂ ਲੀਗਲ ਲੰਗਰ ਲਾਉਣਾ, ਇਹ ਡਾਕਟਰੀ ਦਾ ਲੰਗਰ ਲਾਇਆ ਕਰੇਗਾ ਸਾਡਾ ਬੱਚਾ। ਅਸੀਂ ਸਮਾਜ ਸੇਵਾ ਕਰਨੀ ਹੈ, ਪਰ ਪਰਮਾਤਮਾ ਆਪੇ ਭਾਗ ਲਾਉਂਦਾ ਮੈਡਮ, ਨੀਅਤ ਸਾਫ਼ ਹੈ। ਔਰ ਅਸੀਂ ਇਸ ਬੱਚੇ ਨੂੰ ਵਧਾਈ ਦਿੰਦੇ ਹਾਂ, ਸ਼ੁਕਰ ਗੁਜ਼ਾਰ ਹਾਂ ਕਿ ਇਹੋ ਜਿਹੇ ਹੋਣਹਾਰ ਬੱਚੇ ਘਰਾਂ 'ਚ ਆਉਂਦੇ ਨੇ। ਨਹੀਂ ਤਾਂ ਅੱਜ ਕੱਲ੍ਹ ਇਸ ਉਮਰ ਦੇ ਬੱਚੇ ਉਹ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਤੇ ਚੱਲਦੇ ਆ। ਬਿਲਕੁਲ ਬਿਲਕੁਲ ਸੁਨੀਲ ਜੀ, ਬੜੇ ਵਧੀਆ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਤੇ ਨਵਜੋਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਨੀਟ ਪ੍ਰੀਖਿਆ ਨੂੰ ਲੈ ਕੇ ਤੁਸੀਂ ਕਾਫੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ, ਤੇ ਉਮੀਦ ਹੈ ਜਿਹੜੇ ਹੁਣ ਤਿਆਰੀ ਕਰ ਰਹੇ ਹੋਣਗੇ ਨੀਟ ਪ੍ਰੀਖਿਆ ਦੀ, ਉਹਨਾਂ ਨੂੰ ਕੁਝ ਨਾ ਕੁਝ ਗੱਲਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਕਿ ਕਿਵੇਂ ਅਸੀਂ ਫਾਰਮ ਭਰਨਾ ਹੈ, ਕਿਵੇਂ ਰੋਲ ਨੰਬਰ ਲੈਣ ਅੱਗੇ, ਕਿਵੇਂ ਫਿਰ ਪੇਪਰ ਦੇਣਾ, ਕਿਵੇਂ ਜਾ ਕੇ ਅਸੀਂ ਕਾਉਂਸਲਿੰਗ ਤੱਕ ਜਾਣਾ। ਸੋ ਸਾਰੇ ਦਰਸ਼ਕਾਂ ਨੂੰ ਮੈਨੂੰ ਲੱਗਦਾ ਜਾਣਕਾਰੀ ਜਿਹੜੀ ਹੈ ਮਿਲ ਗਈ ਹੋਏਗੀ, ਤੇ ਸੁਨੀਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਨਵਜੋਤ ਤੁਹਾਡਾ ਵੀ ਧੰਨਵਾਦ। ਦਰਸ਼ਕਾਂ ਨੂੰ ਇੱਕ ਵਾਰ ਫਿਰ ਕਹਿ ਦਈਏ ਕਿ ਜੇਕਰ ਤੁਸੀਂ ਐਨਰਾਈਜ਼ ਨੂੰ ਲੈ ਕੇ ਕੋਈ ਵੀ ਤੁਹਾਡਾ ਮਸਲਾ ਹੈ, ਕੋਈ ਕੇਸ 'ਤੇ ਤੁਸੀਂ ਉਲਝੇ ਹੋਏ ਆ, ਇਸ ਤੋਂ ਇਲਾਵਾ ਉਸੇ ਕਾਰਡ ਨੂੰ ਲੈ ਕੇ ਤੁਹਾਡੇ ਨਾਲ ਕੋਈ ਵੀ ਕੋਈ ਸਵਾਲ ਹੈ ਤੁਹਾਡਾ, ਤੁਸੀਂ ਜੋ ਸੁਨੀਲ ਜੀ ਨੇ ਇਹਨਾਂ ਨੂੰ ਨਿੱਜੀ ਨੰਬਰ ਉਹਨਾਂ 'ਤੇ ਸੰਪਰਕ ਕਰ ਸਕਦੇ ਹੋ। ਹਾਂਜੀ ਸੁਨੀਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਇੱਕ ਸੂਚਨਾ ਆਪਣੇ ਦਰਸ਼ਕਾਂ ਨੂੰ ਬੜੀ ਇੰਪੋਰਟੈਂਟ ਦੇ ਦਿਆਂ ਕਿ ਉਹ ਪਲੱਸ ਟੂ ਜਿਹੜੇ ਮੈਡੀਕਲ ਦੇ ਬੱਚੇ ਨੇ ਉਹ ਰਿਜ਼ਲਟ ਆਉਣ ਦੀ ਇੰਤਜ਼ਾਰ ਨਾ ਕਰਨ, ਨੀਟ ਦੀ ਸਾਈਟ 'ਤੇ ਜਾ ਕੇ ਚੈੱਕ ਕਰਦੇ ਰਹਿਣ, ਜੇ ਉਹਦਾ ਫਾਰਮ ਖੁੱਲ ਗਿਆ ਤਾਂ ਭਰ ਦੇਣ। ਪਲੱਸ ਟੂ ਦੇ ਰਿਜ਼ਲਟ ਨਾਲ ਉਹਦਾ ਕੋਈ ਮਤਲਬ ਨਹੀਂ ਹੈ, ਉਹ ਜਿਹੜੀ ਇਨੀਸ਼ੀਅਲ ਰਜਿਸਟ੍ਰੇਸ਼ਨ ਹੈ ਬੜੀ ਇੰਪੋਰਟੈਂਟ ਹੈ, ਜੇ ਉਹਦਾ ਟਾਈਮ ਲੰਘ ਗਿਆ ਤੇ ਉਹਨਾਂ ਨੂੰ ਫਿਰ ਵਾਰੀ ਅਗਲੇ ਸਾਲ ਮਿਲਣੀ ਹੈ, ਤੇ ਇਸ ਕਰਕੇ ਉਹਦੇ ਰਿਜ਼ਲਟ ਦੀ ਚਿੰਤਾ ਕਿਹਨੇ, 10ਵੀਂ ਦਾ ਸਰਟੀਫਿਕੇਟ ਚਾਹੀਦਾ ਹੈ। ਮੈਂ ਰਿਪੀਟ ਕਰ ਰਿਹਾ ਨਵਜੋਤ, ਐਮ ਆਈ ਰਾਈਟ? ਹਾਂਜੀ, ਪਲੱਸ ਟੂ ਦਾ ਸਰਟੀਫਿਕੇਟ ਨਹੀਂ ਚਾਹੀਦਾ, 10ਵੀਂ ਦੇ ਸਰਟੀਫਿਕੇਟ ਦੇ ਬੇਸ ਤੇ ਤੁਹਾਡੀ ਨੀਟ ਦੀ ਪ੍ਰੀਖਿਆ 'ਚ ਤੁਹਾਡਾ ਨੰਬਰ ਲੱਗ ਜਾਣਾ ਹੈ। ਹਾਂਜੀ, 10th ਸਰਟੀਫਿਕੇਟ ਇਸ 10th ਸਰਟੀਫਿਕੇਟ ਦੇ ਬੇਸ ਜਦੋਂ ਤੁਹਾਡਾ ਪਲੱਸ ਟੂ ਦਾ ਰਿਜ਼ਲਟ ਆ ਜਾਣਾ, ਫਿਰ ਤੁਹਾਡਾ ਐਗਜ਼ਾਮ ਉਸ ਤੋਂ ਬਾਅਦ ਹੋਣਾ ਇਫ ਯੂ ਕੁਆਲੀਫਾਈ। ਸੋ 10ਵੀਂ ਪਾਸ ਦਾ ਸਰਟੀਫਿਕੇਟ ਲਾ ਕੇ ਪਲੱਸ ਟੂ ਦੇ ਰਿਜ਼ਲਟ ਦੀ ਵੇਟ ਕੀਤੇ ਬਿਨਾਂ ਤੁਸੀਂ ਆਪਣਾ ਨੀਟ ਦਾ ਫਾਰਮ ਭਰ ਦਿਓ। ਬਿਲਕੁਲ ਜੀ, ਪਲੱਸ ਟੂ ਦੇ ਰਿਜ਼ਲਟ ਦੀ ਤੁਸੀਂ ਉਡੀਕ ਨਹੀਂ ਕਰਨੀ, ਤੁਹਾਨੂੰ ਸਿਰਫ 10ਵੀਂ ਦੇ ਸਰਟੀਫਿਕੇਟ ਦੀ ਲੋੜ ਹੈ। ਵੈਬਸਾਈਟ ਤੇ ਜਾਂਦੇ ਰਹੋ, ਜਦੋਂ ਵੀ ਫਾਰਮ ਖੁੱਲਦੇ ਆ ਤਾਂ ਨਾਲ ਦੀ ਨਾਲ ਤੁਸੀਂ ਜਿਹੜਾ ਅਪਲਾਈ ਕਰ ਦਿਓ। ਸੋ ਸੁਨੀਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਨਵਜੋਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕਾਫੀ ਜਿਹੜੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਅਗਲੀ ਵਾਰ ਅਸੀਂ ਫਿਰ ਇੱਕ ਨਵੇਂ ਟੌਪਿਕ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਲਿਓ ਸਾਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।